بلندر سلوات نعرہ تکبیر. لو جناب جنہیں لوگ باہر نے یا گرام نے مہربانی کر کے برائے مہربانی کر کے مام بار گیا تو کیا جو کیونکہ مجلس دا آغاز شروع کیتا ہے. نعرہ تکبیر نعرہ تکبیر نعرہ رسالت نعرہ رسالت نعرہ حیدری حیدری حسینیت حسینیت یزیدیت یزیدیت اہل بیت دے دشمنا تے لعنت آل محمد عزت اور عظمت تے بلند تر صلوات. ਲੋ ਜਨਾਬ ਤੁਹਾਡੇ ਸਾਹਮਣੇ ਹੁਣ ਜ਼ਾਕਰ ਯਾਸਰ ਸਾਹਿਬ ਆਫ ਚਕਵਾਲ ਫਜ਼ਾਇਲ ਉਮ ਸਾਹਿਬ ਬਿਆਨ ਕਰਦੇ ਜੀ. ਯਾਸਰ ਬਾਬਾ ਜੇ ਬੁਲੰਦਰ ਸਲਵਾਤ ਦੁਆ ਬਰਾਈ ਹੋਤੇ ਖੁਦਾ ਸਲਾਮ لما کل ولی کل حجت ابن حسن صلوات کو وفی کل سات ولی حافظ مقاعد مناصر دلیل بینا عطا و تسونا ذمت احی خاتبی یا رب محمد وال محمد وجل فرج آل محمد یا علی ادرکنی ادرکنی فی سبیل مدد یا علی ادرکنی ادرکنی فی سبیل مدد یا میر رحیم اللہ یا میر کریم اللہ اپنے یہ سارے مومنہ دی ڈیوٹیاں کم ہوں. نعرہ تکبیر نعرہ رسالت مل کے نعرہ حیدری حسینیت یزیدیت اہل بیت دشمنا تے لعنت اہل بیت دشمنا تے لعنت پاک سیدات بلند تر صلوات. کروں گا بات ادب کی حدود کے اندر جیسے دین بند ہے درود کے اندر علی کا نعرہ وہی لگاتا ہے حلال خون ہے جس کے وجود کے اندر مل کے نعرہ ہے دری. مولا غازی عباس سرکار نے جڑی 9 لاکھ گل کی تھی بزرگوں سرکار فرماتے کہ کر جلد زمین دی میں سرخ دیوان جے حکم کرے شبیرے. علی کلال فرماتا ہے عرش مولا پہ گھر ہے ہمارا تخت بن دعود مسلح ہمارا اگر حملہ کروں چڑھا کر آستین کو آسمان سمیت الٹ دوں زمین کو مل کے نعرہ ہے دری. ادھر آؤ بچے اتھے اتھے ہو سامنے بیچو اے سائڈ دے واتھے. اعوذ باللہ من الشیطان اللعین الرجیم بسم اللہ الرحمن الرحیم بلند صلوات محمد الحمد
ਹੇ ਰੱਬੇ ਆਲਮੀਨ ਸਲਾਮ ਤੋ ਵਸਲਾਮ ਅਲਾ ਸੈਯਦਿਲ ਅੰਬੀਆ ਵਲ ਮੁਰਸਲੀਨ ਨਮਾਜ਼ ਮੁਹਤਾਜ ਹੈ ਵਕਤਾਂ ਦੀ ਤੇ ਹਰ ਵਕਤ ਨਮਾਜ਼ ਹੁਸੈਨ ਨੇ ਉਹ ਜ਼ਰਾ ਵੇਖ ਰਸੂਲ ਹੈ ਸਜਦੇ ਵਿੱਚ ਹਾਂ ਤੇ ਪੁਸ਼ਤੀ ਸਵਾਰ ਹੁਸੈਨ ਮਿਲ ਕੇ ਨਾਰਾ ਹੈਦਰੀ ਥੱਲੇ ਖੰਜਰ ਨਮਾਜ਼ ਪੜ੍ਹਨ ਦਾ ਉਹ ਦਿੱਤਾ ਸਬਕ ਇੱਕ ਸਖਤ ਹੁਸੈਨ ਨੇ ਉਹ ਫਰਮੈਂਦੇ ਨੇ ਦੀਨ ਦਾ ਬਖਤ ਨਮਾਜ਼ ਹੀ ਵੀ ਹਾਂ ਤੇ ਨਮਾਜ਼ ਦਾ ਬਖਤ ਹੁਸੈਨ ਮਿਲ ਕੇ ਨਾਰਾ ਹੈਦਰੀ ਪੂਰੀ ਕੈਨਾਤ ਪੂਰੀ ਕੈਨਾਤ ਸੇ ਅਫਜ਼ਲ ਹੈ ਘਰਾਨਾ ਹੁਸੈਨ ਕਾ ਹੈ ਨਬੀਓ ਕਾ ਤਾਜਦਾਰ ਹੈ ਨਾਨਾ ਹੁਸੈਨ ਕਾ ਇੱਕ ਪਲ ਕੀ ਥੀ ਹਕੂਮਤ ਯਜ਼ੀਦ ਕੀ ਹੈ ਸਦੀਆਂ ਹੁਸੈਨ ਕੀ ਹੈ ਜ਼ਮਾਨਾ ਹੁਸੈਨ ਕਾ ਯਾ ਅਲੀ ਬਿਸਮਿਲ੍ਲਾ ਮੌਲਾ ਜ਼ਿੰਦਗੀਆਂ ਕਰੇ ਜੀ ਬਵਾਜ਼ੇ ਬੁਲੰਦਤਰ ਸਲਵਾਤ ਹਾਂ ਜਿਸ ਜਗ੍ਹਾ ਸੇ ਤੇਰੇ ਮਾਤਮ ਕੀ ਸਦਾ ਆਤੀ ਹੈ ਹਾਂ ਜਿਸ ਜਗ੍ਹਾ ਸੇ ਤੇਰੇ ਮਾਤਮ ਕੀ ਸਦਾ ਆਤੀ ਹੈ ਮੁਝਕੋ ਜੰਨਤ ਕੀ ਠੰਡੀ ਸੀ ਹਵਾ ਆਤੀ ਹੈ ਜਿਸ ਜਗ੍ਹਾ ਸੇ ਤੇਰੇ ਮਾਤਮ ਕੀ ਸਦਾ ਆਤੀ ਹੈ ਮਿਲ ਕੇ ਨਾਰਾ ਹੈਦਰੀ ਯੇ ਜੋ ਲੰਗਰ ਹੈ ਸਬੀਲੇ ਹੈ ਕੋਈ ਆਮ ਨਹੀਂ ਯੇ ਜੋ ਲੰਗਰ ਹੈ ਸਬੀਲੇ ਹੈ ਕੋਈ ਆਮ ਨਹੀਂ ਯੇ ਜੋ ਲੰਗਰ ਹੈ ਸਬੀਲੇ ਹੈ ਕੋਈ ਆਮ ਨਹੀਂ ਮਾਤਮੀ ਕੇ ਲੀਏ ਜੰਨਤ ਸੇ ਗਿਜ਼ਾ ਆਤੀ ਹੈ ਮਿਲ ਕੇ ਨਾਰਾ ਹੈਦਰੀ ਹਮ ਆਤਮੀ ਕੇ ਲੀਏ ਜੰਨਤ ਸੇ ਗਿਜ਼ਾ ਆਤੀ ਹੈ ਯੇ ਜੋ ਗਲੀਓਂ ਮੇ ਬਾਜ਼ਾਰੋਂ ਮੇ ਯਾ ਹੁਸੈਨ ਕਰਤੇ ਹੈ ਯੇ ਜੋ ਗਲੀਓਂ ਮੇ ਬਾਜ਼ਾਰੋਂ ਮੇ ਯਾ ਹੁਸੈਨ ਕਰਤੇ ਹੈ ਇਨਕੇ ਲੀਏ ਪਾਕ ਜ਼ਹਰਾ ਕੀ ਦੁਆ ਵੀ ਤੋ ਇਧਰ ਆਤੀ ਹੈ ਜਿਸ ਜਗ੍ਹਾ ਸੇ ਤੇਰੇ ਮਾਤਮ ਕੀ ਸਦਾ ਆਤੀ ਹੈ ਮਿਲ ਕੇ ਨਾਰਾ ਹੈਦਰੀ ਬਵਾਜ਼ੇ ਬੁਲੰਦਤਰ ਸਲਵਾਤ ਪਿਆ ਪੜਦਾ ਨਹੀਂ ਨੌ ਲੱਖ ਫੌਜ ਤੂੰ
ਜੋ ਪਸ਼ਾਬੀਰ ਦਿਖਾ ਗਈ ਓ ਇਹਦੇ ਮਾਣ ਅਲੀ ਦੀਆਂ ਦੀਆਂ ਦੇ ਇੱਕ ਪਲ ਵਿੱਚ ਮਾਣ ਮੁਕਾ ਗਈ ਇਹਦੀ ਬਥਰੀ ਸਾਲ ਦੀ ਕੁੱਲ ਮਿਹਨਤ ਵੋ ਵੇਲੇ ਰੰਗ ਲਾ ਗਈ ਓ ਇਹਦੇ ਵੀਰ ਸ਼ਬੀਰ ਦੇ ਕਤਲ ਉੱਤੇ ਪਾਕ ਜ਼ੈਨਬ ਆ ਗਈ ਤੁਹਾਡੀ ਮੇਰੀ ਆਕਾਜ਼ਾਦੀ ਮੁਰਸ਼ਦਾਦੀ 18 ਬਰਾਵਾਂ ਦੀ ਭੈਣ ਪੜਦਾ ਪਿਆ ਇਸ ਬੀਬੀ ਦੇ ਦੁੱਖ ਆਇਓ ਕੌਣ ਬਿਆਨ ਕਰੇ ਤੇ ਜਿਹਦੇ ਘਰ ਬਲਵੀਰ ਮਰੇ ਗਏ ਓ ਜੇ ਕੁ ਚਾਦਰ ਤੂੰ ਮਹਿਰੂਮ ਕੀਤਾ ਵਿੱਚ ਸ਼ਾਮ ਦੇ ਜਸ਼ਨ ਜਸ਼ਨ ਮਨਾਏ ਗਏ ਬਾਬਾ ਦੇ ਬਲੰਤਰ ਸਲਵਾਰ ਜ਼ਿੰਦਗੀ ਦਾ ਪਤਾ ਕੋਈ ਨਹੀਂ ਅਗਲੇ ਸਾਲ ਪਤਾ ਨਹੀਂ ਕਿਸੇ ਹੋਣਾ ਕਿਸੇ ਨਹੀਂ ਆਉਣਾ ਅਤੇ ਇਸ ਅਜ਼ੀਮ ਮੌਕੇ ਨੂੰ ਗਨੀਮਤ ਜਾਣਦੇ ਹੋਇਆਂ ਜਿਤਨਾ ਵੀ ਟਾਈਮ ਅਸੀਂ ਦੇ ਸਕਦੇ ਹਾਂ ਸਾਨੂੰ ਇਸ ਪਾਕ ਜ਼ਿਕਰ ਦੇ ਵਿੱਚ ਬੈਠਣਾ ਚਾਹੀਦਾ ਇੱਕ ਮਿਲ ਕੇ ਸਲਵਾਤ ਪੜ੍ਹੋ ਸੋਚੋ ਤੋ ਹਰ ਵਲੀ ਕੀ ਕਮਾਈ ਅਲੀ ਅਲੀ ਕਿਬਲਾ ਸੈਯਦ ਜ਼ੁਲਕਰਨੈਨ ਹਜ਼ਰਤ ਸ਼ਰਾਜ਼ੀ ਸਾਹਿਬ ਦੀ ਸੁਨਹਿਰੀ ਕਲਮ ਦੇ ਵਿੱਚੋਂ ਨਿਕਲੀ ਹੋਈਆਂ 4-17 ਮੌਲਾ ਦੇ ਬਾਰਗਾਹ ਦੇ ਵਿੱਚ ਉਹਨਾਂ ਦੇ ਸਾਲੇ ਸਵਾਬ ਵਾਸਤੇ ਪੇਸ਼ ਕਰ ਰਹੇ ਹਾਂ ਸੋਚੋ ਤੋ ਹਰ ਵਲੀ ਕੀ ਕਮਾਈ ਅਲੀ ਅਲੀ ਹੋ ਜਾਏ ਸਰਦ ਨਾਰੇ ਜਹੰਨਮ ਖੁਦਾ ਗਵਾ ਦਿਲ ਸੇ ਕਹੇ ਜੋ ਸਾਰੀ ਖੁਦਾਈ ਅਲੀ ਅਲੀ ਮੈਂ ਚੰਦ ਮਿੰਟ ਵਾਸਤੇ ਨੰਨਾ ਦਾਕਰ ਸਲਮਾਨ ਹੈਦਰ ਨਾਜ਼ਮ ਉਹ ਪਾਕਾਂ ਦੀ ਬਾਰਗਾਹ ਦੇ ਵਿੱਚ ਕਸੀਦੇ ਦੀ ਡਿਊਟੀ ਪੇਸ਼ ਕਰਨ ਦੇ ਬਾਬਾ ਜੀ ਬਲੰਤਾਰ ਸਲਵਾਤ ਬਾਬਾ ਜੀ ਬਲੰਤਾਰ ਸਲਵਾਤ ਨਾਰਾ ਹੈਦਰ ਦਾ ਫਤਿਹ ਹੈ ਬਰਦਾ ਨਾਰਾ ਹੈਦਰ ਦਾ ਫਤਿਹ ਹੈ ਬਰਦਾ ਤੂੰ ਸੁਣਾ ਨਾਰਾ ਹੈਦਰ ਦਾ ਫਤਿਹ ਹੈ ਬਰਦਾ ਰੱਬ ਨੇ ਅਲੀ ਦੀ ਸ਼ਾਨ ਵਧਾਈ ਐਲਾਨ ਕੀਤਾ ਅਲੀ ਹੈ ਮੌਲਾ ਐਲਾਨ ਕੀਤਾ ਅਲੀ ਹੈ ਮੌਲਾ ਨਬੀ ਹੁਮਚ ਸਾਹਿਬ ਬਣ ਗਿਆ ਤੂੰ ਸੁਣਾ ਨਾਰਾ ਹੈਦਰ
ਮੁਸ਼ਕਿਲ ਵਿੱਚ ਬੈੜਾ ਰੱਬ ਨੇ ਬਚਾ ਲੈਨੂੰ ਫਰਮਾ ਲੈ ਰੱਬ ਸਭ ਤੋਂ ਅਨੋਖੀ ਅਲੀ ਦੀ ਜ਼ਾਤ ਸਦਕੇ ਅਲੀ ਮਿਲ ਕੇ ਦੁਆ ਕਰਨੀ ਹੈ ਸਾਦਾਤ ਯਾਰੇ ਸਾਦਾਤ ਮੋਮਿਨ ਕਿ ਮੌਲਾ ਇਸ ਨੂੰ ਮੌਲਾ ਦਾ ਮਦਾਹਨ ਬਣਾਉਣ। ਬਿਸਮਿਲ੍ਲਾ ਇੱਕ ਵਾਰੀ ਤਬਰਕਨ ਸੂਰੇ ਫਾਤਿਹਾ ਬਿਸਮਿਲ੍ਲਾ ਰਹਿਮਾਨਿਮ ਅਲਾਉਮਾ ਸੱਲੇ ਅਲਾ ਮੁਹੰਮਦਿਨ ਵਾਲੇ ਮੁਹੰਮਦ ਅਲਹਮਦੁਲਿਲਾਹ ਬਿਲਾਲਮੀਨ ਇਹਤੇ ਨਸਰਾਤ ਅਲਮਸਤਾਕੀਮ ਅਸਰਾਤ ਅਲਜ਼ੀਨਾ ਅਨਮਤਾ ਅਲੈਹਿਮ ਗੈਰ ਮਾਜ਼ੂਬੇ ਅਲੈਹਿਮ ਅਲਜ਼ਾਲਮੀਨ ਅਲਹਮਦੁਲਿਲਾਹ ਬਿਲਾਲਮੀਨ ਕਹਿੰਦੇ ਅੱਲਾਹ ਫਤਲ ਉਸਮਾ ਗਰਾਮ ਲੈ ਕੇ ਨਾਮ ਲਾ ਕੇ ਮੇਰੇ ਮੌਲਾ ਬਾਨੀਆਂ ਦੀ ਸਫ਼ੇ ਮਾਤਮ ਵਿਛਾਈ ਜ਼ਾਕਰੀਨ ਦੀ ਪੜ੍ਹਾਈ ਮੈਂ ਹਕੀਰ ਫਕੀਰ ਦੀ ਨੌਕਰੀ ਮੌਲਾ ਇਮਾਮ ਜ਼ਮਾਨਾ ਆਪਣੇ ਦਰਬਾਰ 'ਚ ਸ਼ਰਫ਼ ਕਬੂਲੀ ਅਤਾ ਫਰਮਾਨ ਔਰ ਇਸ ਬਾਨੀਆਂ ਨੇ ਮਜਾਲਸ ਦੇ ਮਜਲਸ ਦੇ ਜੋ ਵੀ ਦੁਨੀਆਂ ਤੋਂ ਇਹਨਾਂ ਦੇ ਚਲੇ ਗਏ ਨੇ ਮੇਰੇ ਮੌਲਾ ਇਸ ਜ਼ਿਕਰ ਪਾਕ ਦਾ ਸਵਾਬ ਉਹਨਾਂ ਦੇ ਨਾਮਾ ਮਾਲ 'ਚ ਦਰਜ ਫਰਮਾ ਕੇ ਉਹਨਾਂ ਨੂੰ ਜੰਨਤ ਦੇ ਵਿੱਚ ਆਲਾ ਮਕਾਮ ਤਾ ਫਰਮਾਨ ਔਰ ਉਹ ਜਗ੍ਹਾ ਆਬਾਦ ਰਹਿਣ ਉਹ ਘਰ ਵਸਣ ਜਿੱਥੇ ਜ਼ਿਕਰ ਮਜ਼ਲੂਮੇ ਕਰਬਲਾ ਦਾ ਹੁੰਦਾ ਹੈ ਮੇਰੇ ਮੌਲਾ ਤਮਾਮ ਦੁਆਵਾਂ ਮੁਸਤਜਾਬ ਫਰਮਾਇਓ ਪਾਕ ਮੌਲਾ ਦੀ ਆਮਦ ਜਲਦ ਹੋਵੇ ਔਰ ਸਾਨੂੰ ਅੱਖਾਂ ਅਤਾ ਹੋਣ ਜਿਹੜੀਆਂ ਬਾਦਸ਼ਾਹਾਂ ਨੂੰ ਦੇਖਣ ਦੇ ਕਾਬਲ ਹੋਵਣ ਔਰ ਜਿਹੜੇ ਹੱਥ ਦੁਆ ਵਾਸਤੇ ਬੁਲੰਦ ਹੋਏ ਨੇ ਮੇਰੇ ਮੌਲਾ ਇਹ ਦੁਨੀਆਂ ਵਿੱਚ ਸ਼ਾਲਾ ਕਿਸੇ ਕੁ ਮਹੀਨੇ ਦੇ ਮੁਤਾਜ ਨਾ ਬਣੇ ਔਰ ਮੇਰੀ ਆਪਣੇ ਸਮੇਤ ਤੁਹਾਡੇ ਨਾਲ ਦੁਆ ਏ ਕਿ ਮੌਲਾ ਇਸੇ ਸਾਲ ਇਹ ਹੱਥ ਜਨਾਬ ਮਜ਼ਲੂਮੇ ਕਰਬਲਾ ਅਲੈਹਿ ਸਲਾਤੁ ਵਸਲਾਮ ਦੀ ਜ਼ਰੀ ਤੇ ਲੱਗਣ ਮਰੀਏ ਤਾਂ ਹੁਸੈਨ ਹੁਸੈਨ ਕਰਦੇ ਉੱਠੀਏ ਤੇ ਅਲੀ ਲਈ ਕਰਦੇ ਵਲਹਮਦੁਲਿਲਾਹ ਰੱਬਿਲ ਆਲਮੀਨ ਰੱਬ ਸੱਲ ਅਲਾ ਮੁਹੰਮਦ ਵਾਲ ਮੁਹੰਮਦ ਇੱਕ ਦਫ਼ਾ ਸਲਵਾਤ ਪੜ੍ਹੋ ਜੀ ਕਰੋੜੋਂ ਸਰ ਹੈ ਐਸੇ ਜਿਹਨੇ ਬਚਾਤੀ ਹੈ ਨਮਾਜ਼ ਨਮਾਜ਼ ਪੜ੍ਹੀਏ ਅੱਲਾ ਦੇ ਹਜ਼ੂਰ ਸਜਦਾ ਕਰੀਏ ਸਜਦਾ ਕਬੂਲ ਹੋਵੇ ਨਜਾਤ ਹੁੰਦੀ ਹੈ ਲੇਕਿਨ ਇਸ ਤੋਂ ਅਗਲੀ ਗੱਲ ਕਰ ਰਿਹਾ ਕਰੋੜੋਂ ਸਰ ਹੈ ਐਸੇ ਜਿਹਨੇ ਬਚਾਤੀ ਹੈ ਨਮਾਜ਼ ਜੋ ਨਮਾਜ਼ ਕੋ ਬਚਾਏ ਵੋ ਸਰ ਹੁਸੈਨ ਕਾ ਹੈ ਕਰੋੜੋਂ ਸਰ ਹੈ ਐਸੇ ਜਿਹਨੇ ਬਚਾਤੀ ਹੈ ਨਮਾਜ਼
ਜੋ ਨਮਾਜ਼ ਕੋ ਬਚਾਏ ਵੋ ਸਰ ਹੁਸੈਨ ਕਾ ਹੈ। ਔਰ ਯਜ਼ੀਦੀਅਤ ਲਾਨਤ ਬੇਸ਼ੁਮਾਰ, ਯਜ਼ੀਦੀਅਤ ਜੋ ਅਬ ਤੱਕ ਕਹੀਂ ਸਰ ਛੁਪਾਏ ਬੈਠੀ ਹੈ, ਯੇ ਖੌਫ ਖੁਦਾ ਕਾ ਨਹੀਂ ਡਰ ਹੁਸੈਨ ਕਾ ਹੈ। ਆਪਣੀਆਂ ਜ਼ੁਬਾਨਾਂ ਨੂੰ ਮੁਅੱਤਰ ਫਰਮਾਓ, ਇੱਕ ਸਲਵਾਤ ਪੜ੍ਹੋ। ਇੱਕ ਕਲਾਮ ਪੇਸ਼ ਕਰ ਰਿਹਾ ਤੁਹਾਡੇ ਵਾਸਤੇ ਜਨਾਬ, ਕੁਛ ਮਾਹੌਲ ਬਣ ਜੇ, ਚਲੋ ਚਾਰ ਜੀ ਆ ਜਾਣ। ਮੈਂ ਕੋਸ਼ਿਸ਼ ਕਰਦਾ ਰਹਿਣਾ ਜ਼ਾਕਰ ਸਾਹਿਬ, ਕੋਈ ਕੋਈ ਐਸੀ ਗੱਲ ਕੀਤੀ ਜਾਏ ਜਿਹੜੀ ਜ਼ਰੀਆ ਨਿਜਾਤ ਬਣ ਜਾਏ। ਔਰ ਮੇਰਾ ਇੱਕ ਆਪਣਾ ਜਿਹੜਾ ਮਹਿਬੂਬ ਜੋ ਮੈਨੂੰ ਮੌਜੂ ਪਸੰਦ ਦੇਣਾ, ਉਹ ਇਹ ਸਰਦਾਰ ਦਾ ਇਤਰਾਮ। ਕਿਉਂ? ਇਹ ਦੋ ਤਿੰਨ ਦਿਨ ਪਹਿਲਾਂ ਹੀ ਕਿਸੇ ਹੋਰ ਨਾਲ ਨਹੀਂ, ਮੇਰੇ ਨਾਲ ਗੱਲ ਹੋਈ ਹੈ ਕਿ ਜੀ ਪੀਰ ਦਾ ਅਤੇ ਮਰੀਦ ਦਾ ਸਾਡੇ ਇੱਥੇ ਕੋਈ ਹੈ ਹੀ ਨਹੀਂ, ਸਬਜੈਕਟ ਹੀ ਕੋਈ ਨਹੀਂ। ਅਤੇ ਮੈਂ ਉਸਨੂੰ ਸਿਰਫ ਇੰਨਾ ਜਵਾਬ ਦਿੱਤਾ ਕਿ ਤੂੰ ਆਪਣਾ ਆਪ ਠੀਕ ਕਰ, ਤੂੰ ਇਹਨਾਂ ਨੂੰ ਸੋਚਣਾ ਛੱਡ ਦੇ, ਕਿਉਂਕਿ ਅਸੀਂ ਜਿਨ੍ਹਾਂ ਦਾ ਖਾਂਦੇ ਹਾਂ ਅਸੀਂ ਉਹਨਾਂ ਦੇ ਹੀ ਗਾਣੇ। ਉਹਨੂੰ ਇਤਨੀ ਮਿਸਾਲ ਜ਼ਰੂਰ ਦਿੱਤੀ ਹੈ ਕਿ ਅਗਰ ਤੂੰ ਜਾ ਸਕਣਾ ਤਾਂ ਜਾ, ਲੇਕਿਨ ਜਦੋਂ ਤੱਕ ਰਾਹ ਪਰਨਾ ਨਾ ਹੋਵੇ ਤਾਂ ਬੰਦਾ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚਦਾ। ਇੱਕ ਸਲਵਾਤ ਪੜ੍ਹੋ ਜੀ। ਆਵਾਜ਼ ਆ ਰਹੀ ਹੈ, ਸਮਝ ਆ ਰਹੀ? ਅੱਲਾਹੁਮਾ ਸੱਲ ਅਲਾ ਤੂੰ ਜੁਗ ਸੋਹਣੇ ਦੇ ਬੂਹੇ ਤੇ, ਤੂੰ ਜੁਗ ਸੋਹਣੇ ਦੇ ਬੂਹੇ ਤੇ, ਨਿਗਾਹਾਂ ਦੀਆਂ ਵੇਖੀ ਮੰਗ ਹਸਨੈਨ ਦਾ ਸਦਕਾ, ਤੂੰ ਮੰਗ ਹਸਨੈਨ ਦਾ ਸਦਕਾ, ਅਤਾ ਮਾਵਾਂ ਦੀਆਂ ਵੇਖੀ ਤੂੰ ਜੁਗ ਸੋਹਣੇ ਦੇ ਬੂਹੇ ਤੇ। ਉਹਨਾਂ ਬੰਦਿਆਂ ਨਾਲ ਮੇਰੀ ਗੱਲ ਹੈ, ਹਾਇਆ ਕਰ ਦਰਦੀ ਤੇ ਨਬੀ ਦੀ ਆਲ ਦਾ ਹਰ ਦਮ, ਹਾਇਆ ਕਰ ਨਬੀ ਦੀ ਆਲ ਦਾ ਹਰ ਦਮ, ਕਬਰ ਵਿੱਚ ਆਪਣੀਆਂ ਬੰਦਿਆ, ਕਬਰ ਵਿੱਚ ਆਪਣੀਆਂ ਬੰਦਿਆ, ਹਯਾਵਾਂ ਦੀਆਂ ਵੇਖੀ ਜੁਗ ਸੋਹਣੇ ਦੇ ਬੂਹੇ ਤੇ।
ਨਿਗਾਹਾਂ ਦੀਆਂ ਵੇਖੀ। ਸਲਵਾਤ ਪੜੋ ਜੀ। ਤਹਾਰਤੋਂ ਕੇ ਮੁਕੱਦਰ ਕਾ ਜ਼ੈਨ ਬੈਠਾ ਹੈ, ਤਹਾਰਤੋਂ ਕੇ ਮੁਕੱਦਰ ਕਾ ਜ਼ੈਨ ਬੈਠਾ ਹੈ। ਕੋਈ ਗੱਲ ਤੁਹਾਡੇ ਤੋਂ ਭੁੱਲੀ ਨਹੀਂ, ਆਪਣਾ ਸਬਕ ਪੇਸ਼ ਕਰ ਰਿਹਾ। ਕਾਇਨਾਤ ਦੀ ਸਭ ਤੋਂ ਅਫਜ਼ਲ ਤਰੀਨ ਮਸਜਿਦ ਮਸਜਿਦ ਨਬਵੀ, ਜਨਾਬ ਇਮਾਮੁਲ ਅੰਬੀਆ ਨਮਾਜ਼ ਪੜ੍ਹ ਰਹੇ ਨੇ, ਸਰਕਾਰੇ ਇਮਾਮ ਹੁਸੈਨ ਅਲੈਹਿਸ ਸਲਾਮ ਆਏ ਨੇ, ਆ ਕੇ ਆਪਣੇ ਪਾਕ ਨਾਨਾ ਦੀ ਪਾਕ ਕੰਡ ਤੇ ਸਵਾਰ ਹੋਏ ਨੇ। ਸਰਕਾਰ ਜਦੋਂ ਸਵਾਰ ਹੋਏ ਨੇ ਤੇ ਮੰਜ਼ਰ ਕੀ ਬਣ ਗਿਆ, ਆਵਾਜ਼ੇ ਕੁਦਰਤ ਕੀ ਆਉਂਦੀ ਏ। ਤਹਾਰ ਤੂੰ ਕੇ ਮੁਕੱਦਰ ਕਾ ਜ਼ੈਨ ਬੈਠਾ ਹੈ, ਤਹਾਰ ਤੂੰ ਕੇ ਮੁਕੱਦਰ ਕਾ ਜ਼ੈਨ ਬੈਠਾ ਹੈ। ਮੇਰੀ ਬਤੂਲ ਕੇ ਜੀਵਨ ਕਾ ਚੈਨ ਬੈਠਾ ਹੈ, ਮੇਰੀ ਬਤੂਲ ਕੇ ਜੀਵਨ ਕਾ ਚੈਨ ਬੈਠਾ ਹੈ। ਆਵਾਜ਼ ਆਉਂਦੀ ਹੈ, ਮੇਰਾ ਰਸੂਲ ਅਭੀ ਸਜਦਾ ਔਰ ਤਵੀਲ ਕਰੋ, ਕਿਉਂ ਤੁਹਾਰੀ ਪੁਸ਼ਤ ਪੇ ਮੇਰਾ ਹੁਸੈਨ ਬੈਠਾ ਹੈ। ਮੈਂ ਇੰਤਹਾਈ ਵਾਜਬ ਉਲ ਇਤਰਾਮ ਜ਼ਾਕਰ ਅਲ ਬੈਤ ਜਨਾਬ ਜ਼ਾਕਰ ਮੁਸਰਤ ਹੈਦਰੀ ਸਾਹਿਬ ਆਫ ਚਕੋੜੀ ਸ਼ੇਰਗਾਜ਼ੀ, ਉਹਨਾਂ ਨੂੰ ਇਹ ਇਲਤਮਾਸ ਕਰਾਂਗਾ ਕਿ ਉਹ ਮੈਂਬਰ ਤੇ ਆ ਕੇ ਜ਼ਿਕਰ ਮੁਹੰਮਦ ਵਾਲੇ ਮੁਹੰਮਦ ਫਜ਼ਾਇਲ ਉਮ ਸਾਹਿਬ ਦੇ ਨਾਲ ਸਾਡੇ ਦਿਲਾਂ ਨੂੰ ਮੁਨੱਵਰ ਫਰਮਾਉਣ। ਇਲਤਮਾਸੇ ਦੁਆ ਬਰਾਏ ਹੁਜਜਤ ਖੁਦਾ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅੱਲਾਹੁਮਾ ਕੁੰਨਾ ਵਲੀਕਲ ਹੁਜਜਤ ਇਬਨ ਅਲ ਹਸਨ ਸਲਵਾਤੁਲਲਾਹ ਅਲੈਹ ਵਲੀ ਕਾਸਾਸਿਕ ਸਾਤਮਿ ਲੈ ਲਵਨ ਨਹਾਰ ਬਲੀਨ ਹਫਜ਼ਨ ਮੁਕਾਇਦਨ ਮਨਾ ਸਲਮ ਦਲੀਨ ਹਤਾ ਤੁਸਕ ਨਹੁ ਵਰ ਜ਼ਕਾਤ ਵਨ ਵਤਨ ਤੋਫੀਹਾ। ਅੱਲਾਹੁਮਾ ਸੱਲ ਅਲਾ ਮੁਹੰਮਦਿਨ ਵਾਲ ਮੁਹੰਮਦ ਵਜਲ ਫਰਜਾ ਆਲ ਮੁਹੰਮਦ। ਸਭ ਤੋਂ ਪਹਿਲੇ ਦੁਆ ਮੰਗਦਾ ਤੁਹਾਡਾ ਤਮਾਮ ਦਾ ਇਸ ਮੁਕੱਦਸ ਮਕਾਮ 'ਤੇ ਟੁਰਾਇਆ ਬਾਨੀਆਂ ਦੀ ਫਤਿਹ ਮੁਸਫੇ ਮਾਤਮ ਵਿੱਚ ਆਈ, ਉਲਮਾਉ ਜ਼ਾਕਰੀਨ ਦੀ ਪੜ੍ਹਾਈ ਮੈਂ ਹਕੀਰ ਦੀ ਨੌਕਰੀ ਪਾਕ ਬੀਬੀ ਆਪਣੀ ਬਾਰਗਾਹ ਵਿੱਚ ਕਬੂਲ ਅਤੇ ਮਨਜ਼ੂਰ ਫਰਮਾਉਣਾ ਬਾਰੇ ਲਹਾ ਇਸ ਪਾਕ ਜ਼ਿਕਰ ਦਾ ਵਾਸਤਾ ਹੀ ਬਾਨੀਏ ਮਜਲਸ ਦੇ ਇੱਜ਼ਤ ਰਿਜ਼ਕ ਬਖਤ ਵਿੱਚ ਇਜ਼ਾਫਾ ਫਰਮਾ। ਬਾਨੀਆਂ ਦੇ ਜਿੰਨੇ ਮਰਹੂਮ ਜਿੰਨੇ ਹਾਜ਼ਰੀਨ ਦੇ ਮਰਹੂਮ ਇਸ ਜਹਾਨ ਫਾਨੀ ਪੂਛ ਕਰ ਗਏ ਨੇ, ਮਾਲਿਕ ਕਰਵਟ ਕਰਵਟ ਜੰਨਤ ਨਸੀਬ ਫਰਮਾ, ਦਾਮਨ ਇਮਾਮ ਹੁਸੈਨ ਬਾਦਸ਼ਾਹ ਦੇ ਵਿੱਚ ਜਗ੍ਹਾ ਅਤਾ ਫਰਮਾ। ਬਾਰੇ ਲਾਹ ਇਸ ਘਰ ਨੂੰ, ਇਸ ਬਸਤੀ ਨੂੰ, ਇਸ ਨਗਰ ਨੂੰ ਹਮੇਸ਼ਾ ਸ਼ਾਦੋ ਆਬਾਦ ਰੱਖ। ਬਾਰੇ ਲਾਹ ਦਿਲਾਂ ਦੇ ਰਾਜ਼ ਜਾਣਨਾ ਹੈ, ਜਿਹੜੀਆਂ ਦੁਆਵਾਂ ਜ਼ੁਬਾਨ 'ਤੇ ਪਾ ਗਈਆਂ ਨੇ ਉਹਨਾਂ ਨੂੰ ਕਬੂਲ ਫਰਮਾ, ਜਿਹੜੀਆਂ ਨਹੀਂ ਆ ਸਕੀਆਂ ਉਹਨਾਂ ਨੂੰ ਕਬੂਲ ਫਰਮਾ। ਬਾਰੇ ਲਾਹ ਇਸ ਨਾਜ਼ੁਕ ਦੌਰ ਦੇ ਵਿੱਚ ਹਰ ਮੁਮਿਨ ਮੁਸਲਮਾਨ ਦੀ ਇੱਜ਼ਤ ਨੂੰ ਮਹਿਫੂਜ਼ ਰੱਖ, ਸਾਡੇ ਕਬੀਰਾ ਸਗੀਰਾ ਗੁਨਾਹਾਂ ਨੂੰ ਮਾਫ ਫਰਮਾ। ਸਲਵਾਤ ਏਡੀ ਸੋਹਣੀ ਪੜ੍ਹੋ, ਮਜਲਸ ਦਾ ਮਾਹੌਲ ਜੰਨਤ ਬਣ ਜਾਵੇ। ਅੱਲਾਹੁਮਾ ਸੱਲਿ ਅਲਾ ਮੁਹੰਮਦ। ਮਾਸ਼ਾਅੱਲਾ
ਕਾਫੀ ਅਬਾਬ ਤਸ਼ਰੀਫ ਫਰਮਾਓ, ਮਾਹੌਲ ਨਹੀਂ ਵੇਖਣਾ। ਸਲਵਾਤ ਇੰਜ ਪੜੋ ਜਿਵੇਂ ਸਾਈਂ ਲਾਇਕ ਕੇ ਸਲਵਾਤ ਹਨ। ਅੱਲਾਹੁਮਾ ਸੱਲ ਅਲਾ ਹਰ ਮਜਲਿਸ ਤੇ ਇੱਕ ਰੁਬਾਈ ਪੜਦਾ ਰਹਿਣਾ। ਹਾਲਕ ਮਾਲਿਕ ਤੁਹਾਨੂੰ ਵਸਦਾ ਰੱਖੇ, ਮਾਂ ਹੁਸੈਨ ਦੀ ਕਿਸੇ ਦਾ ਮੁਹਤਾਜ ਨਾ ਕਰੇ। ਬਾਈ ਨਾਜ਼ਮ ਬਾਸ ਖਾਲਕ ਮਾਲਕ ਆਪਣੀ ਲੜਾਈ ਬੇਆਈ ਬੇਮਿਸਲ ਬੇਮਿਸਾਲ ਕਿਤਾਬ ਦੇ ਵਿੱਚ ਇਰਸ਼ਾਦ ਫਰਮਾ ਰਿਹਾ, ਖਾਲਿਕਾ ਦਾ ਮੈਨੂੰ ਕਸਮ ਹੈ ਆਪਣੀ ਬਾਤ ਦਾ ਨੀਅਤ ਦੀ, ਮੈਨੂੰ ਕਸਮ ਹੈ ਆਪਣੇ ਕਹਾਰ ਜਬਾਰ ਦੀ, ਮੈਂ ਬਗੈਰ ਮਕਸਦ ਦੀ ਕੋਸ਼ਿਸ਼ ਨਹੀਂ ਬਣਾਈ। ਅੱਲਾਹ ਆਖਰੇ ਇਹਨਾਂ ਪੰਜਾਂ ਨੂੰ ਅਗਰ ਮੈਂ ਖਲਕ ਕੀਤਾ ਹੈ ਨਾ, ਇਹਨਾਂ ਨੂੰ ਖਲਕ ਕਰਨ ਦਾ ਕੋਈ ਮਕਸਦ ਆ? ਅੱਲਾਹ ਆਖਰੇ ਇਹਨਾਂ ਨੂੰ ਖਲਕ ਕੀਤਾ ਹੈ ਮੰਨਣ ਵਾਸਤੇ, ਸੋਚਣ ਵਾਸਤੇ ਨਹੀਂ। ਬੜੀ ਮਿਹਰਬਾਨੀ ਅੱਲਾਹ ਆਖਦੇ ਇਹਨਾਂ ਨੂੰ ਮੰਨਣਾ ਹੈ, ਸੋਚਣਾ ਨਹੀਂ। ਕਿਉਂ? ਜੋ ਸੋਚੇਦਾ ਗੁੰਮਰਾਹ ਹੋ ਜਾਏਗਾ। ਮੈਂ ਪੂਰੀ ਕਾਇਨਾਤ ਅਗਰ ਖਲਕ ਕੀਤਾ ਹੈ ਨਾ, ਪੰਜਾਂ ਦਾ ਸਦਕਾ ਕੀਤਾ ਹੈ, ਇਹ ਪੰਜ ਖਲਕ ਨਾ ਕਰਦਾ, ਕਾਇਨਾਤ ਦੀ ਕੋਈ ਸ਼ੈ ਖਲਕ ਕਰਦਾ? ਅੱਲਾਹ ਪਿਆਦਿਆਂ ਨੂੰ ਮੈਂ ਖਲਕ ਕੀਤਾ ਹੈ, ਮੈਂ ਅੱਲਾਹ ਨੂੰ ਫਾਇਦਾ ਕਿਹੜਾ ਮਿਲਿਆ ਹੈ, ਮੁਨਾਫਾ ਕਿਹੜਾ ਮਿਲਿਆ ਹੈ? ਖਲਕ ਆਖ ਰਿਹਾ ਕਿ ਮੈਂ ਮਖਫੀ ਹਾਂ, ਮੈਂ ਕੁ ਜ਼ਾਹਿਰ ਕੀਤਾ ਇਹਨਾਂ ਪੂਰਾ ਜ਼ੋਰ ਲਗਾ ਕੇ। ਅੱਲਾਹ ਦੇ ਮੈਂ ਛੁਪਿਆ ਖਜ਼ਾਨਾ, ਅੱਜ ਮੈਨੂੰ ਅੱਲਾਹ ਆਖਣ ਵਾਲਾ ਕੋਈ ਨਾ ਹੁੰਦਾ, ਇਹਨਾਂ ਪੰਜਾਂ ਨੂੰ ਖਲਕ ਨਾ ਕਰਦਾ, ਕਾਇਨਾਤ ਦੀ ਕੋਈ ਸ਼ੈ ਖਲਕ ਨਾ ਕਰਦਾ। ਮੈਂ ਮਖਫੀ ਹਾਂ, ਮੈਂ ਕੁ ਜ਼ਾਹਿਰ ਕੀਤਾ ਇਹਨਾਂ ਪੂਰਾ ਜ਼ੋਰ ਲਗਾ ਕੇ, ਕਿੰਨਾ? 5, 12, 14 ਮੇਰੇ ਮਕਸਦ ਕੋ ਇਹਨਾਂ ਰੰਗ ਲਾਇਆ ਹੈ, ਸਰ ਮੌਤ ਦਾ ਭਾਰ ਉਠਾ ਕੇ 14 ਭੇਜਣ ਦੁਨੀਆਂ ਤੇ, ਤਤਖੀਰ ਦਾ ਤਾਜ ਪਵਾ ਕੇ, ਤਾਂ ਮੋਸਨ ਘਰ ਦਾ ਨਾਂ ਚ ਇਹਨਾਂ ਸਲਵਾਤ ਦੇ ਨਾਲ ਮਿਲਾ ਕੇ, ਅੱਲਾਹੁਮਾ ਸੱਲ ਅਲਾ। ਨਾਰਾਏ ਤਕਬੀਰ, ਨਾਰਾਏ ਰਿਸਾਲਤ, ਨਾਰਾਏ ਰਿਸਾਲਤ, ਯਕ ਜ਼ੁਬਾਨ ਕੇ ਨਾਰਾ ਹੈਦਰੀ ਆਏ, ਹੈਦਰੀ ਆਏ, ਹੁਸੈਨੀਅਤ, ਹੁਸੈਨੀਅਤ, ਯਜ਼ੀਦੀਅਤ, ਯਜ਼ੀਦੀਅਤ, ਅਹਿਲ ਬੈਤ ਦੇ ਦੁਸ਼ਮਣਾਂ ਤੇ ਲਾਨਤ, ਦਮਾ ਜਹਾਨਾਂ ਦੀ ਸੈਨ ਦੇ ਦੁਸ਼ਮਣ ਤੇ ਲਾਨਤ। ਸਾਡੇ ਅਕੀਦਾ ਹੈ ਜਿੱਥੇ ਬਾਦਸ਼ਾਹ ਦਾ ਜ਼ਿਕਰ ਹੋਵੇ, ਸਖੀ ਆਪ ਤਸ਼ਰੀਫ ਫਰਮਾਉਂਦੇ। ਇਹ ਪੂਰੀ ਵਾਰਸਾਂ ਲਿਆਂਦੀ, ਬਾਈ ਨਾਜ਼ਮ ਜੀ ਬੇਵਾਰਸਾਂ ਦੀ ਪੂਰੀ ਨਹੀਂ। ਬਾਦਸ਼ਾਹ ਹਾਜ਼ਮ ਨਾਜ਼ਮ ਨੇ ਜਹਾਂ ਮਜਲਿਸ ਹੋਤੀ ਹੈ ਵਹਾਂ ਆਤੀ ਹੈ ਜ਼ਹਰਾ, ਜਹਾਂ ਮਜਲਿਸ ਹੋਤੀ ਹੈ ਵਹਾਂ ਆਤੀ ਹੈ ਜ਼ਹਰਾ, ਔਰ ਬਜ਼ਮ ਆਪਣੇ ਬੇਟੇ ਕੇ ਖੂਬ ਸਜਾਤੀ ਹੈ ਜ਼ਹਰਾ, ਗਮੇ ਹੁਸੈਨ ਮੇਂ ਜੋ ਅਸ਼ਕ ਨਿਕਲਤੇ ਹੈ ਮੁਸਰਤ, ਉਨ ਅਸ਼ਕੋਂ ਕੋ ਜਮ੍ਹਾਂ ਕਰਕੇ ਲੈ ਜਾਤੀ ਹੈ, ਔਰ ਲੈ ਕੇ ਅਸ਼ਕੋਂ ਕੋ ਮਕਤਲ ਮੇਂ ਰੋ ਕੇ ਕਹਿਤੀ ਹੈ ਬੀਬੀ ਕਿਹੜੀ ਗੱਲ, ਹੁਸੈਨ ਜਾਗ, ਤੇਰੇ ਜ਼ਖਮੋਂ ਪੇ ਮਰਖਮ ਲਗਾਤੀ ਹੈ ਜ਼ਹਰਾ। ਸੈਣ ਦੀ ਜ਼ਾਤ ਤੇ ਅੱਖੀ ਬੰਦ ਕਰਕੇ ਸਲਵਾਤ ਪੜ੍ਹੋ।
ਵੱਤ ਵੀ ਆਪਣੀ ਜ਼ੁਬਾਨਾਂ ਨੂੰ ਮੁਅੱਤਰ ਕਰੋ ਦਰੂਦ ਪਾਕ ਦੇ ਨਾਲ। أعوذ بالله من الشيطان الرجيم ہر چیز دا امتحان ہے نا جی ٹھیک ہے کھلو گے میری حیات کے رستے سے ہٹ گئی میں نے علی کا نام لیا جب جلال سے گھبرا کے میری موت بھی واپس پلٹ گئی بواز بلند صلوات اللہ صلی اللہ محمد والے محمد موسم دے پیش نظر ਮਜਲਿਸ ਨੂੰ ਰੋਕਣਾ ਪਿਆ ਏ ਅਤੇ ਹੁਣ ਇਨਸ਼ਾਅੱਲਾ ਦੁਬਾਰਾ ਮੈਂ ਦਫ਼ਤਰ ਖਿਤਾਬ ਦਿਆਂਗਾ ਮੇਰੇ ਵਾਜਬ ਉਲ ਇਤਰਾਮ ਮੇਰੇ ਵੱਡੇ ਭਾਈ ਜ਼ਾਕਿਰ ਅਲ ਬੈਦ ਜਨਾਬ ਮੁਸਰਤ ਅਬਾਸ ਹੈਦਰੀ ਸਾਹਿਬ ਆਪ ਚਕੋੜੀ ਸ਼ੇਰਗਾਜ਼ੀ ਜ਼ਿਕਰ ਮੁਹੰਮਦ ਵਾਲੇ ਮੁਹੰਮਦ ਫਜ਼ਾਇਲ ਉਹ ਮੁਸਾਹਿਬ ਦੇ ਨਾਲ ਸਾਡੇ ਦਿਲਾਂ ਨੂੰ ਮੁਨੱਵਰ ਫਰਮਾਉਣ ਦੇ ਇੱਕ ਮਿਲ ਕੇ ਉੱਚੀ ਆਵਾਜ਼ ਸਲਵਾਤ ਪੜ੍ਹੋ ਅਲਾਉਮਾ ਸਲੇ ਅਲਾ ਮੁਹੰਮਦ ਵਾਲੇ ਮੁਹੰਮਦ ਜੇਕਰ ਪੰਜਾਂ ਅਤੇ ਬਾਰਾਂ ਨੂੰ ਮੰਨ ਲਈਏ ਫਿਕਰ ਦਵਾਂ ਜਹਾਨਾਂ ਦਾ ਮੁੱਕ ਜਾਂਦਾ ਜੇਕਰ ਪੰਜਾਂ ਅਤੇ ਬਾਰਾਂ ਨੂੰ ਮੰਨੀਏ ਦਿਲੋਂ ਕਣੀਓ ਤਾਂ ਨਹੀਂ ਜੇ ਪੰਜਾਂ ਅਤੇ ਬਾਰਾਂ ਨੂੰ ਮੰਨ ਲਈਏ ਫਿਕਰ ਦਵਾਂ ਜਹਾਨਾਂ ਦਾ ਮੁੱਕ ਜਾਂਦਾ ਹੈ ਇਹਨਾਂ ਹਸਤੀਆਂ ਦੇ ਇੱਕੋ ਵਾਸਤੇ ਤੇ ਇਹਨਾਂ ਹਸਤੀਆਂ ਦੇ ਇੱਕੋ ਵਾਸਤੇ ਤੇ ਵਿਛੋੜਾ ਆਦਮ ਤੇ ਹਵਾ ਦਾ ਮੁੱਕ ਜਾਂਦਾ ਹੈ ਉਹ ਬੂਜ਼ਰ ਕੰਬਰ ਤੇ ਸਲਮਾਨ ਬਣਦੇ ਨੇ ਜਿਹੜਾ 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 ਨਾਲ ਖਲੂਸ ਦੇ ਝੁਕ ਜਾਂਦਾ ਹੈ ਬਾਵੇਂ ਹੋਵੇ ਸਰਦਾਰ ਫਰਿਸ਼ਤਿਆਂ ਦਾ ਫਿਜ਼ਾ ਬੂਹੇ ਤੇ ਰੋਕੇ ਤੇ ਰੁਕ ਜਾਂਦਾ ਹੈ ਹੈਦਰੀ ਆਇਆ ਬੜੀ ਮਿਹਰਬਾਨੀ ਖਾਲਕ ਮਾਲਿਕ ਤੋਂ ਵਸਦਾ ਰੱਖੇ ਮਾਂ ਹੁਸੈਨ ਦੀ ਕਿਸੇ ਦਾ ਮੁਹਤਾਜ ਨਾ ਕਰੇ ਕਰ ਪੰਜਾਂ ਤੇ ਬਾਰਾਂ ਦੀ ਮਦਾਖਾਨੀ ਢੋਲੇ ਗੈਰ ਦੇ ਗਾਣ ਦਾ ਕੀ ਫਾਇਦਾ ਕਰ ਪੰਜਾਂ ਤੇ ਬਾਰਾਂ ਦੀ ਮਦਾਖਾਨੀ ਢੋਲੇ ਗੈਰ ਦੇ ਗਾਣ ਦਾ ਕੀ ਫਾਇਦਾ ਅਹਿਲੇ ਸੁਨਤ ਮਸਲਕ ਦੇ ਮੌਲਵੀ ਸਾਹਿਬ ਹੋਏ ਨੇ ਜਿਹਨਾਂ ਦਾ ਨਾਮ ਮੌਲਵੀ ਲਿਆਕਤ ਹੈ ਬਿੱਖੀ ਸ਼ਰੀਫ ਪੜ੍ਹਦੇ ਰਹੇ ਉਹ ਬਾਦਸ਼ਾਹ ਦੀ ਲਗਨ ਲੱਗੇ ਉਹਨਾਂ ਨਾਜ਼ਮ ਬਾਈ ਨਾ ਬਾਦਸ਼ਾਹ ਦੀ ਅਮਦੋ ਸੁਨਾ ਲਿਖਣੀ ਸ਼ੁਰੂ ਕਰ ਪੰਜਾਬੀ ਬੜੀ ਸੋਹਣੀ ਲਿਖਦੇ ਆਏ ਜਿਹੜਾ ਸ਼ੇਰ ਲਿਖਣਾ ਬਾਦਸ਼ਾਹ ਦੀ ਅਮਦੋ ਸੁਨਾ ਵਿੱਚ ਬਾਦਸ਼ਾਹ ਦੀ ਤਾਰੀਫ ਵਿੱਚ ਲਿਖਣਾ ਉਹਦੇ ਕੁਲੀਗ ਦੋਸਤ ਮਿਲੇ ਨਾ ਕਿ ਮੌਲਵੀ ਲਿਆਕਤ ਗੱਲ ਕੀ ਜਿਹੜੇ ਸ਼ੇਰ ਲਿਖਣਾ ਹੈ ਇਹ ਬਾਦਸ਼ਾਹ ਦੀ ਅਮਦੋ ਸੁਨਾ ਲਿਖਣਾ ਹੈ ਹੋਰ ਕੋਈ ਨਹੀਂ ਉਹ ਗੱਲ ਲਿਖਣ ਵਾਲੀ
ਜਿਹੜੀ ਮੌਲਵੀ ਲਿਆਕਤ ਗੱਲ ਕੀਤੀ ਨੇ ਸੋਨੇ ਦੇ ਕਲਮ ਨਾਲ ਲਿਖੀ ਉਸ, ਉਹਨੇ ਆਖਿਆ ਕਰ ਪੰਜਾਂ ਤੇ ਬਾਰਾਂ ਦੀ ਮਦਾਹਾਨੀ, ਢੋਲੇ ਗੈਰ ਦੇ ਗਾਣ ਦਾ ਕੀ ਫਾਇਦਾ, ਤੇ ਝੂਠਿਆਂ ਪੀਰਾਂ ਦੀ ਐਵੇਂ ਤਾਰੀਫ ਕਰਕੇ, ਝੂਠਿਆਂ ਪੀਰਾਂ ਦੀ ਐਵੇਂ ਤਾਰੀਫ ਕਰਕੇ ਆਪਣੀ ਆਕਬਤ ਵਜਾਉਣ ਦਾ ਕੀ ਫਾਇਦਾ। ਆਦੇ ਸ਼ਰਮ ਕਰੋ, ਨਾਲ ਪੰਜਾਂ ਦੇ ਗੈਰ ਮਿਲਾਉਂਦੇ ਹੋ, ਨਾਲ ਪੰਜਾਂ ਦੇ ਗੈਰ ਮਿਲਾਉਂਦੇ ਹੋ, ਹਾਕ ਚ ਨੂਰ ਮਿਲਾਉਣ ਦਾ ਕੀ ਫਾਇਦਾ। ਆਦੇ ਬਸ ਅਈਏ ਸਰਦਾਰ ਨੇ ਪੰਜ ਬਾਰਾਂ ਚੌਦਾਂ ਬੂਹੇ ਕਮੀਆਂ ਤੇ ਜਾਣ ਦਾ ਕੀ ਫਾਇਦਾ। ਮੁਰਦਾਬਾਦ ਇੱਕ ਹੋਰ ਪੰਜਾਬੀ ਦੀ ਰੁਬਾਈ। ਮੁਲਕ ਹਿੰਦੁਸਤਾਨ ਦਾ ਇੱਕ ਵਸਦਾ ਬਹੁਤ ਪੜ੍ਹ ਲਿਖਿਆ ਨਾਜ਼ਮ ਬਾਈ, ਤਾਰੀਖ ਉਹਦਾ ਨਾਂ ਦਰਸ਼ਨ ਸਿੰਘ ਰੱਖਿਆ। ਉਹ ਪੜ੍ਹ ਇੰਨਾ ਗਿਆ, ਪੜ੍ਹਦਿਆਂ ਪੜ੍ਹਦਿਆਂ ਤਾਰੀਖੇ ਕਰਬਲਾ 'ਤੇ ਨਜ਼ਰ ਪੈ ਗਈ, ਉਹਨੇ ਤਾਰੀਖੇ ਕਰਬਲਾ ਪੜ੍ਹੀ। ਤਨਵੀਰ ਸ਼ਾਹ ਜੀ ਆਦੇ ਕੈਸੇ ਮੁਸਲਮਾਨ ਨੇ, ਕਲਮਾ ਵੀ ਉਸੇ ਨਬੀ ਦਾ ਅਤੇ ਦੁਸ਼ਮਣੇ ਵੀ ਉਹਦੀ ਔਲਾਦ ਨਾਲ। ਉਹ ਪਰੇਸ਼ਾਨ ਹੋ ਗਿਆ, ਉਹ ਦਰਸ਼ਨ ਸਿੰਘ ਤੋਂ ਸ਼ਾਹ ਜੀ ਦਰਵੇਸ਼ ਸਿੰਘ ਤੋਂ ਮਸ਼ਹੂਰ ਹੋ ਗਿਆ। ਉਹਨੇ ਆਖੇ ਪਤਾ ਤਾਂ ਲੱਗਣਾ ਹੈ ਜਿੱਥੇ ਅਕਸਰੀਅਤ ਜ਼ਿਆਦਾ ਮੁਸਲਮਾਨਾਂ ਦੀ ਹੋਈ ਨਾ, ਗੁਰੂ ਨਾਨਕ ਕੋਲ ਆ ਗਿਆ, ਖਿਦਮਤ ਸ਼ੁਰੂ ਕਰ ਦਿੱਤੀ, ਜਿੱਥੇ ਬਾਅਦ ਚੋਂ ਜ਼ਿਕਰ ਹੋਇਆ ਟੁਰ ਜਾਵੇ ਆ, ਮਜਲਿਸ ਨਹੀਂ ਛੱਡਦਾ ਆ, ਸ਼ਬੀਨਾ ਨਹੀਂ ਛੱਡਦਾ ਆ, ਨਾਤਖਾਨੀ ਨਹੀਂ ਛੱਡਦਾ ਆ, ਲੰਗਰ ਬਾਦਸ਼ਾਹ ਦਾ ਟੁਰ ਕੇ ਕਰਦਾ। ਉਹ ਮੁਸਲਮਾਨ ਸਾਰੇ ਇਕੱਠੇ ਉਹਨਾਂ ਆਖੇ ਗੱਲ ਸੁਣ, ਉਹ ਦਰਵੇਸ਼ ਸਿੰਘ ਉਹ ਕਲਮਾ ਪਾਕ ਰਸੂਲ ਦਾ ਪੜ੍ਹ ਲੈ, ਦੋਜ਼ਖ ਦੀ ਅੱਗ ਤੇਰੇ 'ਤੇ ਆਰਾਮ ਹੋ ਜਾਏਗੀ। ਆਦੇ ਖਬਰਦਾਰ ਇਹ ਨਹੀਂ ਆਖਣਾ ਕਲਮਾ ਪੜ੍ਹ ਲੈ। ਪਰੇਸ਼ਾਨ ਹੋ ਗਿਆ, ਵਾਪਸ ਆਇਆ, ਆਪਣੇ ਪੀਰੋ ਮੁਰਸ਼ਦ ਗੁਰੂ ਨਾਨਕ ਦੀ ਖਿਦਮਤ ਕਰ ਰਿਹਾ। ਉਹਨੇ ਆਖਿਆ ਪਰੇਸ਼ਾਨ ਹੈ ਬੱਚਾ, ਉਹਨੇ ਆਖਿਆ ਨਹੀਂ, ਉਹਨੇ ਆਖਿਆ ਮੈਂ ਤੇਰਾ ਗੁਰੂ ਹਾਂ, ਜਾਣਨਾ ਪਰੇਸ਼ਾਨ ਜੀ, ਪਰੇਸ਼ਾਨੀ ਦੀ ਵਜ੍ਹਾ ਜੀ ਉਹ ਮਜਲਿਸ ਹੁੰਦੀ ਹੈ, ਮੈਂ ਜਾਣਾ ਉੱਥੇ ਅਤੇ ਸਾਰੇ ਮੁਸਲਮਾਨ ਇਕੱਠੇ ਹੋ ਕੇ ਆਉਂਦੇ ਨੇ, ਕਲਮਾ ਪੜ੍ਹ ਲੈ, ਦੋਜ਼ਖ ਦੀ ਅੱਗ ਤੇਰੇ 'ਤੇ ਆਰਾਮ ਹੋ ਜਾਏਗੀ। ਗੁਰੂ ਨਾਨਕ ਕਹਿੰਦੇ ਨੇ ਆਖਦੇ ਤਾਂ ਠੀਕ ਨਹੀਂ, ਕਲਮਾ ਪੜ੍ਹ ਲਵੇ ਆਹਦੇ ਠੀਕ ਨਹੀਂ। ਉਹਨੇ ਕਿ ਗੁਰੂ ਜੀ ਕਿੰਝ ਕਲਮਾ ਪੜ੍ਹ ਲਵਾ, ਇਹ ਗੱਲ ਦੱਸੋ। ਉਹਨਾਂ ਕਿ ਪੁੱਛ ਗੁਰੂ ਜੀ, ਮੈਂ ਅਕਸਰ ਵੇਖਦਾ ਰਹਿੰਦਾ ਜਿਸ ਤੁਸੀਂ ਦੁਆ ਮੰਗਦੇ ਹੋ ਨਾ, ਅਤੇ ਪੈਂਤਨ ਪਾਕ ਕਸਤੀ ਦਾ ਵਾਸਤਾ ਪਾਉਂਦੇ ਆ, ਉਹ ਜਿਹੜੀਆਂ ਪੈਂਤਨ ਪਾਕ ਕਸਤੀ ਉਹਨਾਂ ਤਾਰਫ ਤੇ ਕਰਾਓ। ਆਦਿਨ ਜੋ ਆਖਾਂ ਮੰਨ ਜਾਂਦਾ, ਉਹਨਾਂ ਆਖਿਆ ਜ਼ਰੂਰ ਮੰਨਾਂ। ਆਦਿਨ ਮੈਂ ਜ਼ਰੂਰ ਮੰਨਾਂਗਾ ਗੁਰੂ ਨਾਨਕ। ਆਦਿਨ ਅੱਛਾ ਜੇ ਮੇਰੀ ਗੱਲ ਮੰਨਣੀ ਆ ਨਾ, ਮੈਂ ਕੌਣ ਹਾਂ ਜੀ, ਤੁਸੀਂ ਸਾਡੇ ਗੁਰੂ ਹੋ, ਇੰਜ ਕਰ ਘਰ ਲਗਾ ਜਾ, ਜਾ ਕੇ ਆਪਣੀ ਜਿਹੜੀ ਤੇਰੀ ਛੋਟੀ ਭੈਣ ਹੈ ਉਹਦੇ ਨਾਲ ਜਾ ਕੇ ਸ਼ਾਦੀ ਕਰ, ਨਿਕਾਹ ਕਰ ਲੈ।
ਉਹ ਦਰਵੇਸ਼ ਸਿੰਘ ਦੋ ਕਦਮ ਪਿੱਛੇ ਹਟ ਕੇ ਤਾਂ ਗੁਰੂ ਜੀ ਕੀ ਹੋ ਗਿਆ ਜੇ ਦਿਮਾਗ ਠੀਕ ਹੈ? ਉਹਨਾਂ ਕੀ ਹੋਇਆ? ਉਹਨਾਂ ਕਿ ਗੁਰੂ ਜੀ ਜ਼ਮੀਰ ਇਜਾਜ਼ਤ ਨਹੀਂ ਦਿੰਦਾ। ਜਿਸ ਆਖਿਆ ਨਾ ਜ਼ਮੀਰ ਇਜਾਜ਼ਤ ਨਹੀਂ ਦਿੰਦਾ, ਗੁਰੂ ਨਾਨਕ ਇੱਥੋਂ ਫੜ ਕੇ ਨਾ ਆਪਣੇ ਸ਼ਗਿਰਦ ਨੂੰ ਆਖਿਆ, ਉਰਾ ਮਨੋ ਸੇਵਾ ਦਾ ਉਲਾ ਸ਼ਰੀਕ ਦੀ ਕਸਮ ਹੈ, ਜਿਹੜਾ ਜ਼ਮੀਰ ਤੈਨੂੰ ਇਜਾਜ਼ਤ ਨਹੀਂ ਨਾ ਦਿੰਦਾ, ਉਸੇ ਜ਼ਮੀਰ ਦਾ ਨਾਂ ਹੁਸੈਨ ਹੈ। ਹੈਦਰੀ ਅੱਜ ਵੀ ਜੇ ਘਰ ਜਾਏ ਨਾ, ਜੇ ਤੈਨੂੰ ਧੀ ਧੀ ਨਜ਼ਰ ਆਵੇ, ਜੇ ਜੰਦਰ ਬਣੇ ਤੇਰੀ ਧੀ ਅਵੇ, ਬਹਿਣ ਅਵੇ, ਤੈਨੂੰ ਤੱਕ ਕੇ ਸਿਰ ਤੇ ਚਾਦਰ ਲੈ ਲਵੇ, ਫਿਰ ਇਮਾਮ ਹੁਸੈਨ ਦਾ ਸ਼ੁਕਰੀਆ ਅਦਾ ਕਰੇ। ਠੀਕ ਹੈ, ਪਰੇਸ਼ਾਨ ਉਦਾਸ ਨਿਕਲਿਆ ਗੁਰੂ ਜੀ ਮਜਲਿਸ ਤੇ, ਟੁੱਟ ਜਾ ਰਾਤੀ, ਉਹਨਾਂ ਆਖਿਆ ਜਾ। ਫਿਰ ਗਿਆ, ਫਿਰ ਮੁਸਲਮਾਨ ਨੇ ਇਕੱਠੇ ਉਹਨਾਂ ਆਖਿਆ ਕਲਮਾ ਪੜ੍ਹ ਲੈ। ਉਹਨੇ ਆਖਿਆ ਸਾਰੇ ਇਕੱਠੇ ਹੋ ਗਏ, ਉਹਨਾਂ ਆਖਿਆ ਹੋ ਗਿਆ। ਉਹਨਾਂ ਆਖਿਆ ਕਲਮਾ ਕਿਉਂ ਨਹੀਂ ਪੜਦਾ? ਦਾ ਆਪਣੇ ਨਬੀ ਦੇ ਪੁੱਤਰਾਂ ਨੂੰ ਮਾਰ ਕੇ ਤੇਜੇ, ਤਾਂ ਹੀ ਤੂੰ ਮੁਸਲਿਆ ਰਜਿਆ ਨਹੀਂ, ਤੇ ਬਿਨ ਚਾਦਰ ਤੂੰ ਨਬੀ ਦੀ ਧੀ ਡਿੱਠੀ, ਉਹ ਸਿਰ ਨਬੀ ਦੀ ਧੀ ਦਾ ਕੱਜਿਆ ਨਹੀਂ, ਬਿਨ ਚਾਦਰ ਤੂੰ ਨਬੀ ਦੀ ਧੀ ਡਿੱਠੀ, ਸਿਰ ਨਬੀ ਦੀ ਧੀ ਦਾ ਕੱਜਿਆ ਨਹੀਂ। ਆਦੇ ਐਡੇ ਜ਼ੁਲਮ ਕਰਕੇ ਨੀ ਉਹ ਸ਼ਰਮਸਾਰ ਹੋਇਆ, ਤੀਰ ਗਮ ਦਾ ਤੇਰੇ ਸੀਨੇ ਚ ਵੱਜਿਆ ਨਹੀਂ। ਆਦੇ ਦਰਵੇਸ਼ ਸਿੰਘ ਦੀ ਮਨ ਤੇ ਸਿੱਖ ਹੋ ਜਾ, ਤੇਰੇ ਮੂੰਹ ਤੇ ਕਲਮਾ ਸਜਿਆ ਹੀ ਨਹੀਂ। ਸਲਵਾਤ ਪੜੋ ਬਾਦਸ਼ਾਹ ਦਾ ਤੇ ਦਸਤ। ਅਊਜ਼ ਬਿੱਲਾਹਿ ਮਿਨਸ਼ ਸ਼ੈਤਾਨਿ ਰਜੀਮ, بسم الله الرحمن الرحيم صلوا الحمد لله رب العالمين الصلاة والسلام على اشرف الانبياء والمرسلين محبت بر سلوى قال رسول الله صلى الله عليه واله وسلم الحسين مني من الحسین مل کے نعرہ حیدری ادا پیا جاندے بولن دے وچ رب بولے جاندے بولن دے رب بولے تے او پاک زبان الی ਜਿਹਨੂੰ ਰੱਬ ਸੱਡਿਆ ਇਨਸਾਨਾਂ ਨੇ ਅਤੇ ਉਹ ਇਨਸਾਨ ਕਿਹੜੇ ਵੇਲੇ ਦੀ ਰੁਬਾਈ ਤੁਹਾਡਾ ਤੇ ਮੇਰਾ ਪੀਰ ਹੈ ਬਰਗੀਰ ਤਨਵੀਰ ਮੁਸਤਫਾ ਤਫਸੀਰ ਮੁਸਤਫਾ ਮਿੰਬਰ ਸਲੂਨੀ ਦਾ ਮਾਲਿਕ ਹਸਨੈਨ ਦਾ ਬਾਬਾ ਕਾਬੇ ਦਾ ਗੌਰ ਜ਼ਹਰਾ ਦਾ ਸ਼ੌਰ ਮੁਹੰਮਦ ਦਾ ਦਮਾ ਜਬਰੀਲ ਦਾ ਉਸਤਾਦ ਅੱਲਾ ਦਾ ਹਨਦਾ ਚਲੀ ਬਾਦਸ਼ਾਹ ਫਰਮੈਨੇ ਸਲੂਨੀ 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 ਮਨ ਕਬਲ ਅੰਤਵ ਕਦੂਨੀ ਉਹ ਪੁੱਛੋ ਮੇਰੇ ਕੋਲ ਮੈਂ ਅਲੀ ਜ਼ਮੀਨ ਤੋਂ ਅਸਮਾਨਾਂ ਦੇ ਰਸਤੇ ਬਿਹਤਰ ਜਾਣ ਜਾਣ
ਬਾਦਸ਼ਾਹ ਫਰਮਾ ਰਹੇ ਨੇ, ਮਾਵਾਂ ਦੇ ਸ਼ਿਕਮਾਂ ਵਿੱਚ ਬੱਚਿਆਂ ਦੀਆਂ ਸ਼ਕਲਾਂ ਬਣਾਉਣ ਵਾਲਾ ਮੈਂ ਅਲੀ ਹਾਂ, ਅੱਲਾ ਦੀ ਪੂਰੀ ਕਾਇਨਾਤ ਨੂੰ ਰਿਜ਼ਕ ਦੇਣ ਵਾਲਾ ਮੈਂ ਅਲੀ ਹਾਂ, ਅਸਮਾਨ ਦਾ ਸਾਹਿਬਾਨ ਮੈਂ ਅਲੀ ਤਣਿਆ, ਜ਼ਮੀਨ ਦਾ ਫਰਸ਼ ਮੈਂ ਅਲੀ ਵਿਛਾਇਆ, ਚੰਨ ਨੂੰ ਚਮਕ ਮੈਂ ਅਲੀ ਅਤਾ ਕੀਤੀ, ਸੂਰਜ ਨੂੰ ਗਰਮੀ ਮੈਂ ਅਲੀ ਅਤਾ ਕੀਤੀ। ਬਾਦਸ਼ਾਹ ਗੱਲਾਂ ਫਿਕਰਦੇ ਹਨ, ਚੰਦ ਬੰਦਿਆਂ ਦੇ ਰੋਵਣ ਦੀ ਆਵਾਜ਼ ਆਈ ਦਰਵਾਜ਼ੇ, ਸਰਕਾਰ ਦੇ ਕੰਬਰ ਜੀ ਦਮਾ ਦੇ ਪੈਂਬਰ ਜਾਂ ਉਹਨੂੰ ਪਤਾ ਕਰੋ ਦਰਵਾਜ਼ੇ 'ਤੇ ਕੌਣ ਰੋ ਰਿਹਾ। ਸਰਕਾਰੀ ਕਮਰ ਆਏ, ਦਰਵਾਜ਼ਾ ਖੋਲਿਆ, ਚੰਦ ਬੰਦੇ ਦਰਵਾਜ਼ੇ 'ਤੇ ਰੋ ਰਹੇ ਨੇ। ਸਰਕਾਰੀ ਕਮਰ ਆਹਦੇ ਨੇ ਕਿਉਂ ਰੋ ਰਹੇ ਹੋ, ਕੀ ਮਸਲਾ ਹੈ? ਆਹਦੇ ਨੇ ਗੱਲ ਅਲੀ ਬਾਦਸ਼ਾਹ ਨੂੰ ਦੱਸਣੀ, ਅਸੀਂ ਮੌਲਾ ਅਲੀ ਸਰਕਾਰ ਨੂੰ ਮਿਲਣਾ ਚਾਹੁੰਦੇ। ਰੁਕੋ, ਮੌਲਾ ਚੰਦ ਬੰਦੇ ਦਰਵਾਜ਼ੇ 'ਤੇ ਰੋ ਰਹੇ ਨੇ, ਮੈਂ ਪੁੱਛਿਆ ਕੀ ਮਸਲਾ ਹੈ, ਕੀ ਪਰੇਸ਼ਾਨੀ? ਆਹਦੇ ਨੇ ਗੱਲ ਮੌਲਾ ਅਲੀ ਸਰਕਾਰ ਨੂੰ ਦੱਸਣੀ। ਬਾਦਸ਼ਾਹ ਦੇ ਅੰਦਰ ਲਾਇਆ, ਸਰਕਾਰੀ ਕਮਰ ਗਏ, ਆ ਜਾਓ ਬਾਦਸ਼ਾਹ ਬੁਲਾ ਰਹੇ। ਬਾਦਸ਼ਾਹ ਜੀ ਕਿਉਂ ਰੋ ਰਹੇ ਹੋ, ਕੀ ਮਸਲਾ ਜੀ, ਕੀ ਪਰੇਸ਼ਾਨੀ? ਆਦਰ ਮੌਲਾ, ਸਾਡੇ ਕਬੀਲੇ ਦਾ ਇੱਕ ਬਾਦਸ਼ਾਹ ਹੈ, ਉਸਦਾ ਇੱਕੋ ਪੁੱਤਰ ਅੱਜ ਰਾਤ ਕਿਸੇ ਕਤਲ ਕਰ ਦਿੱਤਾ। ਮੌਲਾ ਕਾਤਲ ਦਾ ਪਤਾ ਨਹੀਂ ਪਿਆ ਲੱਗਦਾ। ਮੌਲਾ ਹਾਲਤ ਇਹ ਹੋ ਗਈ ਕਿ ਬਲਾਦਰੀ ਦੋ ਹਿੱਸਿਆਂ ਤਕਸੀਮ ਹੋ ਗਈ ਹੈ। ਮੌਲਾ ਮੈਂ ਵਿੱਚ ਕੁਰਾਨ ਜ਼ਾਮਾ ਰੱਖ ਕੇ ਆਇਆ, ਮੈਂ ਕਿਹਾ ਲੜੋ ਨਾ, ਉਹ ਮੈਨੂੰ ਮਦੀਨੇ ਵੰਜਣ ਦਿਓ, ਮਦੀਨੇ ਵਾਲਾ ਮੁਹੰਮਦ ਹੈ ਜਿਸ ਦਾ ਵਿਰਾਹ ਲਈ, ਮਿਲ ਕੇ ਆਵਣ ਦਿਓ, ਪੁੱਛ ਕੇ ਆਵਣ ਦਿਓ, ਵਕਤ ਮੈਂ ਦੱਸਾਂ ਦਾ ਜਪਾ। ਮੌਲਾ ਮਿਹਰਬਾਨੀ ਫਰਮਾਓ, ਦੱਸੋ ਨਾ ਇਹਦਾ ਕਾਤਲ ਕੌਣ ਹੈ? ਬਾਦਸ਼ਾਹ ਨੇ ਮੈਂ ਦੱਸਾਂ ਜਾਂ ਮਰਨ ਵਾਲਾ? ਨਾਰਾ ਹੈਦਰੀ, ਬੜੀ ਮਿਹਰਬਾਨੀ ਹੈ ਮੌਲਾ, ਮਰਨ ਵਾਲਾ? ਬਾਦਸ਼ਾਹ ਨੇ ਹਾਂ। ਮੌਲਾ ਦੱਸੇਦਾ ਬਾਦਸ਼ਾਹ ਨੇ ਕਿਉਂ ਨਾ ਦੱਸੇਦਾ? ਮੈਯਤ ਲੈ ਆਓ, ਮੈਯਤ ਗਿਣਾਏ, ਬਾਦਸ਼ਾਹ ਪੈਰ ਦੀ ਠੋਕਰ ਮਾਰੇ, ਕੁੰਬੇ ਦਿਨ ਲਾ ਉੱਠ, ਅੱਲਾ ਦੇ ਹੁਕਮ ਨਾਲ ਮਰਨ ਵਾਲਾ ਉੱਠਿਆ, ਮੂੰਹ ਤੋਂ ਕੱਪੜਾ ਹਟਾਇਆ, ਨਹੀਂ ਬਾਦਸ਼ਾਹ ਦੀ ਕਦਮ ਬੋਸੀ ਕੀਤੀ। ਬਾਦਸ਼ਾਹ ਨੇ ਕਹਿ ਮਾਰਿਆ, ਆਦੇ ਮੌਲਾ ਮੰਨੋ ਮੇਰੇ ਸੱਕੇ ਚਾਚੇ ਕਤਲ ਕੀਤੇ। ਬਾਦਸ਼ਾਹ ਸੁਣ ਲਿਆ, ਅੱਜ ਮੁਤਮਿਨ ਹੋ ਗਏ ਹੋ, ਉਹ ਬੜੇ ਖੁਸ਼। ਆਦੇ ਮੌਲਾ ਅਸੀਂ ਮੁਤਮਿਨ ਹੋ ਗਏ ਹਾਂ, ਥੋੜ੍ਹੀ ਜਿਹੀ ਮੌਲਤ ਨਹੀਂ ਦਿੰਦੇ ਜਾ ਕੇ ਬਰਾਦਰੀ ਦੱਸੇ ਜੋ ਮੈਨੂੰ ਮੇਰੇ ਚਾਚੇ ਮਾਰਿਆ। ਮੌਲਾ ਇੱਥੇ ਤੇ ਅਸੀਂ ਮੁਤਮਿਨ ਹੋਏ ਹਾਂ, ਇਹ ਮੌਜਜ਼ਾ ਜਿਸ ਵਿੱਚ ਜਾ ਕੇ ਬਲਾਦਰੀ ਦੱਸੇ ਦਾ, ਕਈ ਬੰਦੇ ਤੁਹਾਡੇ ਨਾਂ ਦਾ ਕਲਮਾ ਪੜ ਲੈਣ, ਤੁਹਾਡੇ ਵਿਰਾਹ ਦਾ ਕਲਮਾ ਪੜ ਲੈਣ, ਮੁਸਲਮਾਨ ਹੋ ਜਾਣ। ਬਾਦਸ਼ਾਹ ਨੇ ਜਾਓ ਲੈ ਦੱਸੇ। ਸ਼ਾਹ ਜੀ ਟੁਰਨ ਲੱਗੇ, ਸਰਕਾਰੀ ਕਮਰੋਂ ਦੇ ਮੁੰਡੇ ਦੇ ਹੱਥ ਰੱਖ ਕੇ ਆਦਣਾ, ਕੰਮ ਜ਼ਰਫਾ ਦਰਿਆ ਤੂੰ ਪਿਆਸਾ ਪਿਆ ਵੈਨੇ, ਉਹ ਜਿਹੜਾ ਲਈ ਤੈਨੂੰ ਮੁਰਦੇ ਨੂੰ ਜ਼ਿੰਦਾ ਕਰਕੇ ਪੁੱਛ ਸਕਦਾ ਹੈ, ਡਸਾ ਕਤਲ ਕਿਉਂ ਕੀਤਾ ਹੈ? ਜ਼ਿੰਦਗੀ ਨਹੀਂ ਦੇ ਸਕਦਾ, ਜ਼ਿੰਦਗੀ ਮਾਰ। ਕਦਮਾਂ ਤੇ ਜਾਣ ਪਿਆ, ਰੋਣਾ ਸ਼ੁਰੂ ਕੀਤਾ, ਤੇ ਮੌਲਾ ਹਸਨੈਨ ਸ਼ਰੀਫੈਨ ਦੇ ਸਦਕੇ ਜ਼ਿੰਦਗੀ ਅਤਾ ਫਰਮਾਓ, ਜ਼ਿੰਦਾ ਰਹਿਣਾ ਚਾਹਨਾ। ਬਾਦਸ਼ਾਹ ਦੇ ਜਾਓ ਵਾਸਤਾ ਐਡਾ ਵੱਡਾ ਪਾਇਆ, 30 ਸਾਲ ਹਸਨ ਦਾ ਸਦਕਾ ਹੀ, 30 ਸਾਲ ਹੁਸੈਨ ਦਾ ਸਦਕਾ, 60 ਸਾਲ ਜ਼ਿੰਦਗੀ ਮਿਲ ਗਈ ਬਲਾਦਰੀ ਚ ਆਇਆ, ਪੰਚਾਇਤ ਇਕੱਠੀ ਹੋਈ, ਬਾਦਸ਼ਾਹ ਕੁਰਸੀ ਲਾਈ ਬੈਠੇ, ਬੇਟਾ ਕਹਿ ਮਾਰੇ, ਬਾਬਾ ਜਾਨ ਮੈਨੂੰ ਮੇਰੇ ਚਾਚੇ ਕਤਲ ਕੀਤਾ। ਚਾਚੇ ਵੇਖਿਆ, ਆਦੇ ਬਿਲਕੁਲ ਜੀ ਮੈਂ ਕਤਲ ਕੀਤਾ, ਇੱਕ ਵਾਲੇ ਜੁਰਮ ਕਰਦਾ, ਪਰ ਇਹ ਗੱਲ ਦੱਸ ਆਪਣੇ ਭਤੀਜੇ ਨੂੰ, ਆਦੇ ਗੱਲ ਦੱਸ। ਉਹਨੇ ਆਖਿਆ, ਚਾਚਾ ਪੁੱਛ। ਉਹਨੇ ਆਖਿਆ, ਜਿਵੇਂ ਮੈਂ ਤੈਨੂੰ ਕਤਲ ਕੀਤਾ, ਇਹਨੇ ਜ਼ਿੰਦਾ ਹੋਣ ਦਾ ਸੁਭਾਅ ਕੋਈ ਨਾ,
ਕਿਉਂ ਮੈਂ ਤੇਰੇ ਕੀਤੇ ਨੇ ਟੁਕੜੇ ਟੁਕੜੇ, ਜ਼ਿੰਦਾ ਕਿਵੇਂ ਹੋਇਆ ਜਿਹੜਾ ਆਖਿਆ ਜ਼ਿੰਦਾ ਕਿਵੇਂ ਹੋਇਆ। ਮਰਨ ਵਾਲਾ ਦੇ ਜਿੰਦੇ ਬੋਲਣ ਦੇ ਵਿੱਚ ਰੱਬ ਬੋਲੇ ਤੇ ਉਹ ਪਾਕ ਜ਼ੁਬਾਨ ਅਲੀ ਜਿਹਨੂੰ ਰੱਬ ਸੱਡਿਆ ਇਨਸਾਨਾਂ ਨੇ ਅਤੇ ਉਹ ਇਨਸਾਨ ਅਲੀਏ ਸੌ ਸਾਲ ਦੇ ਮੋਏ ਜੀ ਪਾਉਂਦੇ ਤੇ ਚਾ ਕਰੇ ਫਰਮਾਨ ਅਲੀਏ ਬਸ ਦੋ ਲਫਜ਼ਾਂ ਵਿੱਚ ਗੱਲ ਮੁਕਾਵਾ ਮੇਰਾ ਦੀਨ ਇਮਾਨ ਅਲੀਏ ਨਾਰਾ ਹੈਦਰੀ। ਬੜੀ ਮਿਹਰਬਾਨੀ ਆਦਾ ਪਿਆ ਸਾਈਂ ਰੰਗ ਲਾਂਦੇ ਹਨ ਨੀਤਾਂ ਦੇ ਤੇ ਆ ਵੇਖ ਜ਼ਰਾਜ਼ਮਾ ਕੇ ਖੁਬ ਹੈਦਰ ਦਾ ਕੀ ਫਾਇਦਾ ਏ ਪਤਾ ਲੱਗ ਸੀ ਕਬਰ ਚ ਜਾ ਕੇ ਹੁਰ ਵਾਂਗੂ ਬਦਲ ਨਸੀਬ ਦੇਂਦੇ ਤੇ ਚੁੰਮ ਅਲਮ ਨੂੰ ਸੀਨੇ ਲਾ ਕੇ ਅਸਾਡੀ ਮਾਸ਼ਰ ਨੂੰ ਉੱਠਣਾ ਏ ਨਾਰਾ ਪੀਰ ਅਲੀ ਦਾ ਲਾ ਕੇ ਨਾਰਾ ਹੈਦਰੀ। ਸਲਵਾਤ ਪੜ੍ਹ ਬਾਦਸ਼ਾਹ ਦਾ ਤੇ ਅਕਦਸਤ ਵਤ ਵੀ ਆਪਣੀ ਜ਼ਬਾਨਾਂ ਨੂੰ ਮੁਤਰ ਕਰੋ ਦਰੂਦ ਪਾਕ ਦੇ ਨਾਲ। ਹੇਤ ਬਈਏ ਤੇ ਇੱਕ ਕਸੀਦਾ ਸੁਣਾਵਾਂ ਜਨਾਬ, ਸਲਵਾਤ ਪੜ੍ਹੋ ਇੱਕ ਵਾਰੀ ਫੇਰ ਤੇ ਮੈਂ ਕਸੀਦਾ ਸੁਣਾਵਾਂ। ਮਲੰਗਾਂ ਚੋਂ ਰਲ ਕੇ ਬੰਦਾ ਜਿਹੜਾ ਅੰਦਰੋਂ ਮਵਾਲੀ ਹੁੰਦੇ, ਮਲੰਗਾਂ ਚੋਂ ਰਲ ਕੇ ਬੰਦਾ ਜਿਹੜਾ ਅੰਦਰੋਂ ਮਵਾਲੀ ਹੋਵੇ, ਖੁਲਦ ਮਿਲਦੀ ਜੇ ਉਸਨੂੰ ਭਾਈ ਜਿਹੜਾ ਅਲੀ ਦੇ ਦਰ ਦਾ ਸਵਾਲੀ ਹੋਵੇ। ਆਸਾਨ ਜੀ ਗੱਲ ਹੈ ਆ ਮੈਂ ਸੁਣਾਵਾਂ, ਜੇ ਗੱਲ ਤੇਰੀ ਸਮਝ ਚ ਆਵੇ ਕਿਹੜੀ ਨਾਰਾ ਅਲੀ ਦਾ ਉਹ ਲਾਉਂਦਾ ਜਿਹੜਾ ਮਾਂ ਪਿਓ ਹਲਾ ਲਈ ਹੋਵੇ। ਨਾਰਾ ਹੈਦਰੀ। ਬੜੀ ਮਿਹਰਬਾਨੀ। ਜ਼ਿਆਦਾ ਅਕਸਰੀਅਤ ਅਹਿਲੇ ਸੁਨਨਤ ਬਿਰਾ ਬੈਠੇ, ਮੈਂ ਜਨਾਬ ਨੂੰ ਜਾਣਦਾ, ਜਨਾਬ ਦੇ ਮਿਜ਼ਾਜਾਂ ਨੂੰ ਜਾਣਦਾ, ਤੁਸੀਂ ਮੈਨੂੰ ਜਾਣਦੇ ਹੋ। ਲਓ ਅੱਜ ਮੈਂ ਕਸੀਦਾ ਅਤੇ ਨਾਤ ਇਕੱਠੀ ਮਿਕਸ ਅੱਜ ਪੜ੍ਹਨ ਲੱਗਾ। ਠੀਕ ਹੈ। ਸਲਵਾਤ ਪੜ੍ਹੋ ਬਾਦਸ਼ਾਹ ਮਜ਼ਾਤ ਤੇ ਸਲਵਾਤ। ਖਾਲਿਕ ਨੇ ਇਸ ਤਰ੍ਹਾਂ ਸੇ, ਖਾਲਿਕ ਨੇ ਇਸ ਤਰ੍ਹਾਂ ਸੇ ਮੁਕੱਦਰ ਬਣਾ ਦਿਏ ਪੰਜ ਪਾਕ ਅਪਨੇ ਨੂੰ।
ਨੂਰ ਕੇ ਪੰਜ ਪਾਕ ਆਪਣੇ ਨੂਰ ਕੇ ਮਜ਼ਹਰ ਬਣਾ ਲਿਏ ਖਾਲਿਕ ਨੇ ਇਸ ਤਰ੍ਹਾਂ ਸੇ ਪਹਿਲੇ ਤੂੰ ਆਪਣੇ ਨੂਰ ਸੇ ਅਹਿਮਦ ਬਣਾ ਲਿਆ ਪਹਿਲੇ ਤੂੰ ਆਪਣੇ ਨੂਰ ਸੇ ਅਹਿਮਦ ਬਣਾ ਲਿਆ ਫਿਰ ਕਰ ਕਿਸ ਕੇ ਨੂਰ ਕੋ ਉਸ ਨੂੰ ਕੀ ਉਸ ਨੂਰ ਸੇ ਜੁਦਾ ਫਿਰ ਕਰ ਕਿਸ ਕੇ ਨੂਰ ਕੋ ਉਸ ਨੂਰ ਸੇ ਜੁਦਾ ਸਨ ਹੁਸੈਨ ਫਾਤਿਮਾ ਹਸਨ ਹੁਸੈਨ ਫਾਤਿਮਾ ਹੈਦਰ ਬਣਾ ਲਿਏ ਖਾਲਿਕ ਬੜੀ ਮਿਹਰਬਾਨੀ ਦੋ ਮਿੰਟ ਰਹਿ ਗਏ ਨੇ ਕਰ ਲੈਣਾ ਠੀਕ ਹੈ ਇੱਧਰ ਸਾਹਮਣੇ ਆ ਜਾਓ ਜਿਹੜੇ ਜਵਾਨ ਉਹ ਇੱਧਰ ਉੱਠ ਕੇ ਆ ਜਾਓ ਮਿਹਰਬਾਨੀ ਕਰੋ ਉੱਧਰ ਬਾਅਦ ਜਵਾ ਜਾਓ ਅੱਲਾਹੁਮਾ ਸੱਲੇ ਅਲਾ ਮੁਹੰਮਦਿਨ ਵਾ ਆਲੇ ਮੁਹੰਮਦ ਬਾਬਾ ਦੇ ਬੁਲੰਦ ਸਲਵਾਤ ਨਹੀਂ ਮੈਂ ਮੁਤਮਿਨ ਨਹੀਂ ਹੋਇਆ ਮਾਸ਼ਾਅੱਲਾ ਕਾਫੀ ਜ਼ਰਾਤ ਮੌਜੂਦ ਹੋ ਉੱਚੀ ਆਵਾਜ਼ ਸਲਵਾਤ ਪੜ੍ਹੋ ਹੁਸਨੋ ਕਮਾਲ ਦੇਤਾ ਹੈ ਅੱਬਾਸ ਕਾ ਅਲਮ ਹੁਸਨੋ ਕਮਾਲ ਦੇਤਾ ਹੈ ਅੱਬਾਸ ਕਾ ਅਲਮ ਗਮ ਦਿਲ ਸੇ ਨਿਕਾਲ ਦੇਤਾ ਹੈ ਅੱਬਾਸ ਕਾ ਅਲਮ ਮੁਸ਼ਕਿਲ ਕੁਸ਼ਾ ਅਲੀ ਹੈ ਰਸੂਲੋਂ ਕੇ ਵਾਸਤੇ ਆਪਣੀ ਤੋਂ ਟਾਲ ਦੇਤਾ ਹੈ ਯਾ ਅਲੀ ਅਲੈਹਿਸ ਸਲਾਮ ਮੌਲਾ ਪੈਂਤਲ ਪਾਕ ਤੁਹਾਨੂੰ ਸਵਾਏ ਗਮੇ ਹੁਸੈਨ ਤੂੰ ਕੋਈ ਗਮ ਨਾ ਆਵੇ ਬੜੀ ਮਿਹਨਤ ਸਾਦਾਤ ਦੀ ਔਰ ਦੀਗਰ ਜਿਹੜੇ ਇਹਨਾਂ ਦੇ ਨਾਲ ਸ਼ਾਮਿਲ ਨੇ ਕਿ ਮੌਸਮ ਸਰਦੀ ਦਾ ਹੋਵੇ ਗਰਮੀ ਦਾ ਹੋਵੇ ਇਹ ਜ਼ਿਕਰ ਨਾ ਤਾਂ ਕਿਸੇ ਮੌਸਮ ਦਾ ਮੁਤਾਜ ਏ ਨਾ ਕਿਸੇ ਮਜਮੇ ਦਾ ਮੁਤਾਜ ਏ ਕਿਉਂ ਖੁਦ ਜ਼ਿਕਰ ਦੇ ਜਿਹੜੇ ਵਾਰਸ ਨੇ ਉਹ ਮੌਜੂਦ ਹੁੰਦੇ ਨੇ
ਤੇ ਇਹ ਮੁਕਾਮ ਮਜਲਿਸੇ ਪਾਕ ਜਿੱਥੇ ਮੁਲਾਕਾਤ ਹੁੰਦੀ ਹੈ, ਐਸਾ ਮੁਕਾਮ ਹੈ ਕਿ ਜਿੱਥੇ ਖਮੋਸ਼ ਹੋ ਕੇ ਵੀ ਬੈਠਣਾ ਇਬਾਦਤ ਹੈ, ਲੇਕਿਨ ਅਗਰ ਬੰਦਾ ਬੋਲੇ ਤੇ ਉਸਦੇ ਨਾਲੋਂ ਅਫਜ਼ਲ ਇਬਾਦਤ ਹੈ। ਮਜਲਿਸ ਦੇ ਵਿੱਚ ਬਹਿ ਕੇ ਲਾਜ਼ਮੀ ਬਾਤ ਹੈ ਕਿ ਬੰਦਾ ਜ਼ਾਕਰ ਦੇ ਨਾਲ, ਮੌਲਵੀ ਦੇ ਨਾਲ, ਵਾਇਜ਼ ਦੇ ਨਾਲ ਬਾਤ ਕਰੇ। ਉਹ ਬਾਤ ਦਾ ਸਬੂਤ ਕੀ ਹੈ ਕਿ ਤੁਸੀਂ ਨਾਰਾ ਲਾਣਾ, ਸਲਵਾਤ ਪੜ੍ਹਨੀ ਹੈ, ਮਾਸ਼ਾਅੱਲਾ ਕਹਿਣਾ, ਸੁਬਹਾਨ ਅੱਲਾ ਕਹਿਣਾ, ਬਿਸਮਿਲ੍ਲਾ ਕਹਿਣਾ, ਜੋ ਤੌਫੀਕ ਹੈ। ਇੱਕ ਵਾਰੀ ਉੱਚੀ ਆਵਾਜ਼ ਸਲਵਾਤ ਪੜ੍ਹੋ। ਲੱਖ ਸ਼ੁਕਰ ਕਰਨਾ, ਲੱਖ ਸ਼ਾਹ ਜੀ ਤਵੱਜੋ ਕਰਨੀ ਜ਼ਰਾ, ਲੱਖ ਸ਼ੁਕਰ ਕਰਨਾ ਬੜਨਾ ਸ਼ਾਹ ਦੇ ਤਰਾਨੇ, ਲੱਖ ਸ਼ੁਕਰ ਕਰਨਾ ਬੜਨਾ ਸ਼ਾਹ ਦੇ ਤਰਾਨੇ, ਕੋਈ ਖੋਫ ਨਹੀਂ ਖਸ਼ਰਦਾ ਮੇਰਾ ਪੀਰ ਅਲੀ ਜਾਣੇ, ਲੱਖ ਸ਼ੁਕਰ ਕਰਨਾ। ਬੰਦਾ ਇੱਕ ਆਖਦਾ ਕਿ ਹਰ ਵਾਲੀ ਅਲੀ ਲਈ ਕਰਦੇ ਹੋ, ਕਬਰ 'ਚ ਨਹੀਂ ਜੇ ਜਾਣਾ, ਮਲੰਗ ਖਿਲ ਕੇ ਮੁਸਕਰਾ ਕੇ ਉਹਦੇ ਪਾਸੇ ਵੇਖ ਕੇ ਗੱਲ ਕਰੀ। ਖੋਬ ਕਬਰ ਖਸ਼ਰਦਾ ਤੂੰ ਮਲੰਗਾਂ ਉੱਤੇ ਪਾ ਨਹੀਂ, ਇਰਾਮਾ ਫੁੱਲ ਸਰਾਤ ਦੀਆਂ ਔਖੀਆਂ ਡਸਾ ਨਹੀਂ, ਇਰਾਮਾ ਫੁੱਲ ਸਰਾਤ ਦੀਆਂ ਔਖੀਆਂ ਡਸਾ ਨਹੀਂ। ਇਹਨਾਂ ਗੱਲਾਂ ਤੂੰ ਨਹੀਂ ਡਰਦੇ ਮੌਲਾ ਅਲੀ ਦੇ ਦੀਵਾਨੇ, ਇਹਨਾਂ ਗੱਲਾਂ ਤੂੰ ਨਹੀਂ ਡਰਦੇ ਮੌਲਾ ਅਲੀ ਦੇ ਦੀਵਾਨੇ, ਉੱਥੇ ਸ਼ਾਹ ਪਿਆ ਜਾਣੇ ਤੇ ਰਾਹ ਪਿਆ ਜਾਣੇ। ਬਰੋਦੇ ਮਾਸ਼ਰੇ ਟੋਲਿਆਂ ਦੇ ਟੋਲੇ ਆ ਰਹੇ ਨੇ, ਸਾਰਿਆਂ ਤੋਂ ਆਖਰ ਤੇ ਇੱਕ ਟੋਲਾ ਆਇਆ, ਤੁਸੀਂ ਜਾਣਦੇ ਹੋ। ਨਮਾਜ਼ਾਂ 'ਤੇ ਬੜਾ ਫਖਰ, ਰੋਜ਼ਿਆਂ 'ਤੇ ਬੜਾ ਫਖਰ, ਮਲਾਕਾ ਆਖਰ ਰੁਕ ਜਾਓ। ਕਹਿੰਦੇ ਨੇ ਸਾਡੇ ਕਾਗਜ਼ ਚੈੱਕ ਕਰੋ, ਕਾਗਜ਼ ਪੂਰੇ ਨੇ ਸਾਡੇ, ਚੈੱਕ ਹੋਏ ਨੇ। ਆਖਦੇ ਨੇ ਕਾਟਾ ਵੱਜ ਗਿਆ, ਆਖਦੇ ਨੇ ਵਜ੍ਹਾ ਕੀ, ਇੱਕ ਸਲਵਾਤ ਪੜੋ। ਮਲਾਇਕਾ ਉਹਨਾਂ ਦੇ ਪਾਸੇ ਵੇਖ ਕੇ, ਬੇਸ਼ੱਕ ਅਮਲ ਇਹਨਾਂ ਦੇ, ਇਹ ਆਵਾਜ਼ ਕੁਦਰਤ ਆਈ ਹੈ, ਬੇਸ਼ੱਕ ਅਮਲ ਇਹਨਾਂ ਦੇ ਹਿਣ ਚੰਗੇ ਹੋਤੇ ਭਾਰੇ, ਕਿਧਰੇ ਨਾਨੀ ਅਲੀ ਦਾ ਤਾਈਏ ਕੱਟੇ ਗਏ ਨੇ ਸਾਰੇ, ਕਿਧਰੇ ਨਾਨੀ ਅਲੀ ਦਾ ਤਾਈਏ ਕੱਟੇ ਗਏ ਨੇ ਸਾਰੇ, ਇੱਥੇ ਪੱਕੇ ਹਿਣ ਵਾਰੀ ਮੇਰੇ ਵਲੀ ਦੇ ਪੁਰਾਣੇ, ਇੱਥੇ ਪੱਕੇ ਹਿਣ ਵਾਰੀ ਮੇਰੇ ਵਲੀ ਦੇ ਪੁਰਾਣੇ, ਹਿਣ ਮੁਜਰਮ ਸਰਕਾਰੀ ਸਾਰੇ ਲੈ ਚੱਲੋ ਥਾਣੇ। ਇੱਕ ਨਾਰਾ ਆਵੇ ਸਰਕਾਰ ਦੇ ਨਾਮ ਦਾ, ਯਾਰ ਮੇਰੇ ਜੈ ਪੁਰਖਤਾ ਕੋ ਸਾਈਆਂ ਜ ਰੰਗ ਲਾਇਆ, ਐਸਾ ਰੰਗ ਆ ਕੇ ਆਪਣਾ ਮਦਾਹਨ ਚਾ ਬਣਾਇਆ, ਐਸਾ ਰੰਗ
ਲਿਆ ਕੇ ਆਪਣਾ ਮਤਾ ਹਨ ਚਾ ਬਣਾਇਆ ਏ ਉੱਥੇ ਦੇਂਦੇ ਨੇ ਜੰਨਤ ਇੱਥੇ ਦੇਂਦੇ ਨੇ ਦਾਣੇ ਉੱਥੇ ਦੇਂਦੇ ਨੇ ਜੰਨਤ ਇੱਥੇ ਦੇਂਦੇ ਨੇ ਦਾਣੇ ਜਿਹਦੇ ਘਰ ਵਿੱਚ ਦਾਣੇ ਉਹਦੇ ਕਮਲੇ ਸਿਆਣੇ ਇੱਕ ਸਰਬਾਤ ਪੜੋ ਸਾਰੇ ਲਓ ਜੀ ਮੈਂ ਮਾਸ਼ਾਅੱਲਾ ਇਹ ਕੁਝ ਇਹਨਾਂ ਦੀ ਡਿਊਟੀ ਐਸੀ ਹੈ ਕਿ ਮਾਸ਼ਾਅੱਲਾ ਤੀਜੀ ਦਫ਼ਾ ਇਹਨਾਂ ਦਾ ਐਲਾਨ ਹੋ ਰਿਹਾ ਅਤੇ ਸਰਕਾਰ ਦੇ ਕਰਮ ਨਾਲ ਇਹ ਤੀਜੀ ਦਫ਼ਾ ਉਸੇ ਖਸੂਸ ਦੇ ਨਾਲ ਪੜ੍ਹ ਰਹੇ ਨੇ ਕਿ ਜਿਸ ਤਰ੍ਹਾਂ ਪਹਿਲੀ ਵਾਰੀ ਬੰਦਾ ਪੜ੍ਹਦਾ ਭਾਈ ਮੁਸਰਤ ਹਾਜ਼ਰੀ ਸਾਹਿਬ ਉਹ ਮੈਂਬਰ ਤੇ ਆਵਣ ਔਰ ਜ਼ਿਕਰੇ ਮੁਹੰਮਦ ਵਾਲੇ ਮੁਹੰਮਦ ਫਜ਼ਾਇਲ ਸਾਹਿਬ ਦੇ ਨਾਲ ਸਾਡੇ ਦਿਲਾਂ ਨੂੰ ਮੁਨੱਵਰ ਫਰਮਾਉਣ ਇੱਕ ਉੱਚੀ ਆਵਾਜ਼ ਸਲਵਾਤ ਪੜ੍ਹੋ ਅੱਲਾਹੁਮਾ ਸੱਲੇ ਅਲਾ ਮੁਹੰਮਦ ਵਾਲੇ ਮੁਹੰਮਦ ਬਰੋਜ਼ੇ ਮਾਸ਼ਰ ਮੇਰੇ ਐਬ ਗਿਨ ਗਿਨ ਕਰ ਵੋ ਕਿਆ ਲੇਂਗੇ ਬੜੀ ਹੱਦ ਹੈ ਮੁਝੇ ਜੰਨਤ ਸੇ ਪੀਛੇ ਹਟਾ ਦੇਂਗੇ ਗਰ ਫਰਿਸ਼ਤੋਂ ਨੇ ਜੰਨਤ ਮੇਂ ਨਾ ਜਾਣੇ ਦੀਆ ਹਮਕੋ ਤੋ ਹਮ ਬੇਲੋਬ ਸੇ ਕਹਿ ਕੇ ਨਹੀਂ ਜੰਨਤ ਬਣਾ ਦੇ ਸਲਵਾਤ ਪੜੋ ਬਾਦਸ਼ਾਹ ਮਜ਼ਾਤ ਇੱਕ ਦਸਤੇ ਕਸੀਦਾ ਸੁਣਾਵਾਂ ਜਨਾਬ ਨੂੰ ਮੈਂ ਬਰੋਜ਼ ਮਾਸ਼ਰ ਜਿੱਧਰ ਵੀ ਦੇਖੋ ਅਲੀ ਅਲੀ ਕਾ ਸ਼ੋਰ ਹੋਗਾ ਤਬਰਾਬਾਜ਼ੀ ਕੀ ਗੂੰਜ ਹੋਗੀ ਵਹਾਂ ਮਲੰਗੋਂ ਕਾ ਜ਼ੋਰ ਹੋਗਾ ਤਬਰਾਬਾਜ਼ੀ ਕੀ ਗੂੰਜ ਹੋਗੀ ਵਹਾਂ ਮਲੰਗੋਂ ਕਾ ਜ਼ੋਰ ਹੋਗਾ ਜੋ ਜਹੰਨਮ ਮੇਂ ਧਕੇਲਾ ਜਾਏਗਾ ਸਭ ਸੇ ਪਹਿਲੇ ਯਕੀਨ ਹੈ ਮੁਝਕੋ ਕਿ ਵੋ ਹੀ ਬੰਦਾ ਫਿਦਕ ਕੀ ਮਲਕਾ ਕਾ ਚੋਰ ਹੋਗਾ ਹੈਦਰੀ ਬੜੀ ਮਿਹਰਬਾਨੀ ਬਰੋਜ਼ ਮਾਸ਼ਰ ਮੇਰੇ ਬਾਈ ਨਾਜ਼ਮ ਬਾਦ ਸਾਹਿਬ ਕਸੀਦਾ ਪੜ੍ਹਿਆ ਹੈ ਇਸੇ ਜ਼ਿਮਨ ਵਿੱਚ ਮੈਂ ਕਸੀਦਾ ਜਨਾਬ ਨੂੰ ਸੁਣਾਵਣ ਲੱਗਾ ਆਪਣਾ ਲਿਖਿਆ ਹੋਇਆ ਠੀਕ ਹੈ ਤੁਹਾਡੇ ਦੁਆ ਲੈਣ ਵਾਸਤੇ ਅਤੇ ਬਾਦਸ਼ਾਹ ਦਾ ਮੈਂਬਰ ਗਵਾਇਆ ਕਿ ਹਾਲੇ ਤੱਕ ਪੜ੍ਹਿਆ ਨਹੀਂ ਬਰੋਜ਼ ਮਾਸ਼ਰ ਜ਼ੀਰੋ ਮੀਟਰ ਕਸੀਦਾ ਪੁਲਿਸ ਰਾਤ ਦੇ ਕਰੀਬ ਇੱਕ ਐਸਾ ਟੋਲਾ ਆਵੇ ਤਾਂ ਜਨਰਲ ਬਹੁਤ ਜਲਦੀ ਉਸ ਆਵਾਜ਼ੇ ਕੁਦਰਤ ਅਸੀਂ ਵਾਕਫ ਉਹ ਮਿੰਨਾ ਮਸਲੂਨ ਇਹਨਾਂ ਨੂੰ ਡਾਕ ਲਓ ਇਹਨਾਂ 'ਤੇ ਇੱਕ ਸਵਾਲ ਬਾਕੀ ਜੇ ਉਹ ਫਰਿਸ਼ਤੇ ਆਖਣ ਦੇ ਉਹ ਠਹਿਰੋ ਰੁਕੋ ਕਿੱਧਰ ਜਾ ਰਹੇ ਜੀ ਜੰਨਤ ਉਹਨਾਂ ਆਖੇ ਕਿਹਦੇ ਜੰਨਤ ਉਹ ਤੁਹਾਡੇ 'ਤੇ ਇੱਕ ਸਵਾਲ ਬਾਕੀ ਉਹਨਾਂ ਆਖੇ ਸਾਡੀਆਂ ਨਮਾਜ਼ਾਂ ਪੂਰੀਆਂ ਹੱਜਾਂ ਪੂਰੀਆਂ ਜ਼ਕਾਤਾਂ ਉਹਨਾਂ ਆਖੇ ਹਰ ਸ਼ੈ ਪੂਰੀ ਹੈ ਵਿਲਾਇਲੀ ਦਾ ਇਕਰਾਰ ਕੀਤਾ ਜੀ ਉਹ ਤਾਂ ਕੋਈ ਨਹੀਂ ਕੀਤਾ ਉਹਨਾਂ ਆਖਿਆ ਜੰਨਤ ਨਹੀਂ ਜਾ ਸਕਦੇ ਜੰਨਤ ਦੀ ਖੁਸ਼ਬੂ ਨਹੀਂ ਸੁੰਘ ਸਕਦੇ ਚਲੋ ਪਿਛਾ ਤੇ ਤੁਹਾਨੂੰ ਜੰਨਤ ਨਹੀਂ ਤੁਹਾਨੂੰ ਵਾੜੇ ਡੱਕਣਾ ਅੱਗੇ ਲੱਗੋ ਸ਼ਾਹ ਜੀ ਇਹ ਸਾਡਾ ਅਕੀਦਾ ਹਰ ਇੱਕ ਬੰਦੇ ਨੂੰ ਖੜਨਾ ਫਰਿਸ਼ਤਿਆਂ ਨਹੀਂ ਹੈ ਲੈਣ ਫਰਿਸ਼ਤੇ ਹੀ ਆਉਂਦੇ ਫਰਕ ਹੈ ਥੋੜ੍ਹਾ ਜਿਹਾ ਕਿ ਉਹਨਾਂ ਨੂੰ ਅੱਗੋਂ ਦੀ ਲੈਣ ਆਉਣਾ ਅਤੇ ਕਿ ਇਹਨੂੰ ਅੱਗੇ ਲਾ ਕੇ ਖੜਨਾ ਉਹਨਾਂ ਆਖਿਆ ਹੁਣ ਮਸਲਾ ਬਣ ਗਿਆ ਜੀ ਉਹਨਾਂ ਕਿ ਨਾ ਡਰੋ ਉਹ ਵਟਕਾ ਉਹਨਾਂ ਦਾ ਆਦਰ ਨਾ ਪਰੇਸ਼ਾਨ ਹੋਵੋ ਇਹ ਕਿਹੜਾ ਕੰਮ ਡੱਕ ਲਏ ਤਾਂ ਹੁਣ ਟੁੱਟਣ ਚੱਲਣੇ ਆ ਪਾਕ ਰਸੂਲ ਦੇ ਕੋਲ ਸਰਕਾਰ ਦੇ ਕੋਲ ਅਸਲਾਮ ਅਲੈਕ ਯਾ ਨਬੀ ਅਲੈਕ ਸਲਾਮ ਕਿਵੇਂ ਆਏ ਹੋ ਮੌਲਾ ਆਉਣਾ ਕੀ ਮਸਲਾ ਬਣ ਗਿਆ ਤੱਕ ਉਹਨਾਂ
ਨਮਾਜ਼ਾਂ ਪੜ੍ਹੀਆਂ, ਰੋਜ਼ੇ ਰੱਖੇ, ਹਰ ਸ਼ਾਇਦ ਤੁਹਾਡੇ ਨਾਲ ਕਰਦੇ ਰਹੇ ਹਾਂ। ਹੁਣ ਜਨਾਬ ਵੱਖਰਾ ਇੱਕ ਸਿਆਪਾ ਜਾਪੇ, ਹੁਣ ਕਹਿੰਦੇ ਨੇ ਵਿਲਾਇਤੀ ਦਾ ਇਕਰਾਰ ਕੀਤਾ ਜੀ, ਜਿਹੜਾ ਬਾਦਸ਼ਾਹਾਂ ਜਵਾਬ ਦਿੱਤਾ ਜਨਾਬ ਨੂੰ ਕਸੀਦੇ ਵੀ ਸੁਣਾਉਣ ਲੱਗਾ। ਹਦ ਨੇ ਗੱਲ ਸੱਚੀ ਏ ਤੁਮੇਰਾ ਇਤਬਾਰ ਕਰ ਲੈ, ਗੱਲ ਸੱਚੀ ਏ ਤੁਮੇਰਾ ਇਤਬਾਰ ਕਰ ਲੈ, ਜਾਣੇ ਜੰਨਤ ਤੇਲੀ ਨਾਲ ਪਿਆਰ ਕਰ ਲੈ, ਗੱਲ ਸੱਚੀ ਏ। ਸਲਵਾਤ ਪੜੋ ਬਾਦਸ਼ਾਹ ਦੇ ਉੱਤੇ। ਉਹਨਾਂ ਆਖਿਆ ਤੇ ਮੌਲਾ ਹੁਣ ਕੀ ਕਰੀਏ, ਜਦਾ ਆਖਿਆ ਹੁਣ ਕੀ ਕਰੀਏ, ਸਰਕਾਰ ਸਾਰੇ ਤੇ ਮਾਂ ਉਹਨਾਂ ਦੇ ਪਾਸ ਵੇਖ ਕੇ ਆ ਦੇਣ, ਹੁਕਮ ਅੱਲਾ ਦਾ ਮੈਂ ਤੁਸਾਨੂੰ ਸੁਣਾ ਦਿੱਤਾ ਏ, ਹੱਥ ਅਲੀ ਦਾ ਮੈਂ ਹੁਮ ਤੇ ਵਿਖਾ ਦਿੱਤਾ ਏ, ਹੁਕਮ ਅੱਲਾ ਦਾ ਮੈਂ ਤੁਸਾਨੂੰ ਸੁਣਾ ਦਿੱਤਾ ਏ, ਹੱਥ ਅਲੀ ਦਾ ਮੈਂ ਹੁਮ ਤੇ ਵਿਖਾ ਦਿੱਤਾ ਏ, ਜਾਨ ਛੱਡੋ ਮੇਰੀ ਜਾਗੇਜ ਹਾਰ ਕਰ ਲੈ, ਤੂੰ ਵਿਲਾਇਤ ਅਲੀ ਦਾ ਇੱਕ ਰਾਰ ਕਰ ਲੈ, ਗੱਲ ਸੱਚੀਏ। ਬਸ ਜੀ, ਇੱਜ਼ਤ ਵੀ ਬੜੀ ਥੀ ਤੋ ਮੁਸੀਬਤ ਵੀ ਬੜੀ ਥੀ, ਆਬਾਦ ਕਿਸ ਤਰ੍ਹਾਂ ਸੀ ਇਹ ਸਹਿਨ ਫਾਤਮੀ ਹੁਆ, ਕਿਸ ਕੀ ਲਗੀ ਨਜ਼ਰ ਕਿ ਇਹ ਘਰ ਮਤ ਮੇਂ ਹੁਆ। ਹੁਸੈਨ ਬਾਦਸ਼ਾਹ ਦਾ ਜ਼ਾਕਿਰਾ, ਹੱਥ ਜੋੜ ਕੇ ਮਿੰਨਤ ਕਰਦਾ ਕਿ ਦੌਲਤ ਕੇ ਨਸ਼ੇ ਮੇਂ ਨਾ ਬਸਰ ਵਕਤ ਕੀਆ ਕਰ, ਉਜੜੇ ਹੋਏ ਲੋਗੋਂ ਕੀ ਦਵਾਏ ਮਿਲੀ ਆ ਕਰ, ਹਰ ਵਕਤ ਕੀ ਖੁਸ਼ੀਆਂ ਤੁਝੇ ਬਰਬਾਦ ਨਾ ਕਰਦੇ, ਸ਼ਬੀਰ ਕੇ ਗਮ ਮੇਂ ਕਭੀ ਰੋ ਵੀ ਗਿਆ ਕਰ। ਰੋਵਣ ਦੇ ਦਿਨ ਨੇ, ਰੋਵਣ ਦੀਆਂ ਰਾਤਰੀਆਂ ਨੇ, ਅੱਜ ਪੰਜ ਮੁਹਰਮ, ਪੰਜਾਂ ਦਿਨਾਂ ਦਾ ਮਹਿਮਾਨ ਰਹਿ ਗਿਆ ਜ਼ਹਰਾ ਦਾ ਲਾਲ, ਦਿਲ ਚਾਹੁੰਦਾ ਹੈ ਅੱਜ ਉਹਨਾਂ ਸ਼ਹਿਜ਼ਾਦਿਆਂ ਦਾ ਜ਼ਿਕਰ ਕਰਾਂ ਉਹਨਾਂ ਸ਼ਹਿਜ਼ਾਦਿਆਂ ਦਾ ਜ਼ਿਕਰ ਕਰਾਂ ਜਿਨ੍ਹਾਂ ਦੀ ਉਮਰ ਥੋੜ੍ਹੀ ਹੈ, ਦੁੱਖ ਢੇਰ ਹੈ, ਹੱਥ ਜੋੜ ਕੇ ਮਿੰਨਤ ਕਰਦਾ ਮਾਵਾਂ ਬਹਿਣਾਂ ਦੀਆਂ ਮੁਰਸ਼ਹਜ਼ਾਦੀਆਂ ਅੱਗੇ ਕਿ ਮੁਸਾਇਬ ਸ਼ੁਰੂ ਹੋ ਗਿਆ ਹੈ, ਫਜ਼ਾਇਲ ਵਿੱਚ ਨਹੀਂ ਮਿੰਨਤ ਕੀਤੀ, ਮੁਸਾਇਬ ਵਿੱਚ ਮਿੰਨਤ ਕਰਦਾ ਕਿ ਖਾਮੋਸ਼ੀ ਇਖਤਿਆਰ ਕਰੋ। ਆਦਾ ਪਿਆਈਦ ਦੇ ਵਿੱਚ ਪੁੱਤਰਾਂ ਦੇ ਪੁੱਛੋ ਨਾ ਮਾਵਾਂ ਤੋਂ ਜਿਨ੍ਹਾਂ ਮਾਵਾਂ ਦੇ ਪੁੱਤਰ ਪ੍ਰਦੇਸ਼ ਟੁਰ ਗਏ, ਪੁੱਛੋ ਨਾ ਮਾਵਾਂ ਤੋਂ ਜਿਨ੍ਹਾਂ ਦੇ ਪੁੱਤਰ ਮਰ ਗਏ। ਆਦਾ ਪਿਆਈਦ ਦੇ ਵਿੱਚ ਪੁੱਤਰਾਂ ਦੇ
ਹਰ ਮਾਂ ਦਾ ਦਿਲ ਖੁਰਸੰਦੇ ਤੇ ਉਹ ਮਾਂ ਉਜੜੀ ਕਿਵੇਂ ਈਦ ਕਰੇ ਜਿਹਦੇ ਨਿਖੜ ਵੰਜੇ ਫਰਜ਼ੰਦ ਤੇ ਮੈਂ ਸਦਕ ਵੰਜਾ ਰਹੀਏ ਵੀਰ ਤੂੰ ਪੁੱਛਦੀ ਇੱਥੋਂ ਕੂਫਾ ਕਿਤਨਾ ਪਾਉਂਦੇ ਰੋਗਿਆ ਦੀ ਬਾਸ ਮੈਂ ਬੇਵਾ ਥਈਆਂ ਮੇਰੇ ਪੁੱਤਰਾਂ ਨੇ ਕੀਤਾ ਕਿਉਂ ਪਰਦੇਸ ਇੱਕ ਹੋਰ ਬੰਦ ਤੁਹਾਡੀ ਮੁਹੱਬਤ ਨੂੰ ਵੇਖ ਆਦਾ ਪਿਆ ਸੈਣ ਮਲ ਬਨੀਨ ਦੀ ਬੱਜੜੀ ਦਾ ਤੇ ਨਹੀਂ ਜਵਾਕਿਆ ਸਮਾਜ ਜਿਆਂਦਾ ਕਿਹੜਾ ਜਾਂਦੀ ਰਾਤ ਵੀ ਰੋਂਦਿਆ ਹਾਏ ਉਹ ਗੁਜ਼ਰਿਆ ਤੇ ਡੀਵੀ ਰੋਂਦਿਆ ਲਾਦਾ ਜਿਹੜੀ ਵਲ ਵਲ ਆਦੀ ਹਈ ਗੱਲ ਗੂੰ ਤੇ ਕੋਈ ਹਾਲ ਮਗਾ ਪੁੱਤਰਾਂ ਦਾ ਰੋਕਿਆ ਦੇ ਬਾਸ ਮੈਂ ਖਾਬ ਡਿਠਾਏ ਇੱਕ ਕੁਛ ਗਿਆ ਨਹੀਂ ਬੇ ਤੂੰ ਚੋਲਾ ਈਦ ਦਿਆਲਾ ਮਸ਼ਕੂਰ ਸਾਰਾ ਦਿਨ ਦੀਆਂ ਖੁਸ਼ੀਆਂ ਮਨੇ ਦਾ ਰੇ ਰਾਤ ਹੋਈਏ ਘਰ ਆਏ ਆ ਕੇ ਡਿੱਠਾ ਕਿਆ ਇਹਦੀ ਬੀਵੀ ਨੇ ਕਾਲੇ ਕੱਪੜੇ ਪਾਏ ਨੇ ਰੋਂਦੀ ਬੈਠੀ ਆਦੇ ਰੋਂਦੀ ਕਿਉਂ ਈਦ ਦਿਨ ਆਦਿ ਕਿਹੜਾ ਵੱਡਾ ਜ਼ੁਲਮ ਕਰ ਆਏ ਆਦੇ ਵਜ੍ਹਾ ਕਿਆ ਏ ਆਦਿ ਤੂੰ ਤੇ ਘਰ ਚੋਂ ਬਾਹਰ ਗਿਆ ਏ ਆਦਿ ਸਾਡੇ ਘਰ ਰੋਣ ਦੀਆਂ ਆਵਾਜ਼ਾਂ ਬੁਲੰਦ ਹੋ ਗਈਆਂ ਮੈਂ ਕਿਹਾ ਕੌਣ ਹੈ ਸਾਡੇ ਘਰ ਰੋਣ ਵਾਲੀ ਹੌਲੇ ਹੌਲੇ ਆਵਾਜ਼ ਆਉਂਦਾ ਉੱਚਾ ਨਾ ਬੋਲ ਮੈਂ ਰਸੂਲ ਦੀ ਖਾਲੀ ਵੱਲੀ ਹੋਈ ਦੀ ਜ਼ਹਰਾ ਮੈਂ ਕਿਹਾ ਬੀਬੀ ਸਾਡੇ ਘਰ ਕਿਉਂ ਫਿਰ ਆਉਂਦੇ ਹੋ ਸਾਥੋਂ ਕੋਈ ਗਲਤੀ ਹੋ ਗਈ ਹੈ ਰੋ ਕੇ ਆਦਈਏ ਬੀਬੀ ਆਦਰ ਕਿਤ ਕਿਤ ਰੋਵਾਂ ਭੁੱਲੇ ਬਗਦਾਦ ਰੋਵਾਂ ਜ਼ਿੰਦਾ ਨਾ ਚ ਰੋਵਾਂ ਮੁਸਲਮਾਨੀ ਤਾਂ ਬੇਮਨੇ ਨੇ ਮੇਰੀ ਔਲਾਦ ਤਸੀ ਤੇ ਭੁੱਖੀ ਕੈਦ ਆਦੇ ਭੁੱਲ ਗਿਆ ਮੁਸਲਮ ਦੇ ਯਤੀਮਾਂ ਨੂੰ ਖਾਣਾ ਦੇਣਾ ਭੁੱਲ ਗਿਆ ਪਾਣੀ ਦੇਣਾ ਭੁੱਲ ਗਿਆ ਜਲਦੀ ਕਰ ਖਾਣਾ ਦੇ ਖਾਣਾ ਲਿਆ ਪਾਣੀ ਲਿਆ ਸੁਕੈਦ ਖਾਨੇ ਦੇ ਬੂਹੇ ਤੇ ਆਏ ਵੱਡੇ ਸ਼ਹਿਜ਼ਾਦੇ ਦਾ ਦਰਵਾਜ਼ਾ ਲਹਾਇਆ ਹੱਥ ਜੋੜ ਕੇ ਆਦਾ ਸੱਜਦੇ ਮਾਫ਼ ਕਰਦੇ ਖਾਣਾ ਦੇਣਾ ਭੁੱਲ ਗਿਆ ਪਾਣੀ ਦੇਣਾ ਭੁੱਲ ਗਿਆ ਲੈ ਖਾਣਾ ਖਾ ਪਾਣੀ ਪੀ ਵੱਡਾ ਸ਼ਹਿਜ਼ਾਦਾ ਡਾਢਾ ਰੋਣਾ ਰੋ ਕੇ ਆਦੇ ਮਸ਼ਕੂਰ ਇਨਸਾਫ਼ ਤੂੰ ਕਰ ਜਿਨ੍ਹਾਂ ਦੇ ਛੋਟੇ ਬਿਰਾਹ ਮਰ ਜਾਣ ਖਾਣੇ ਖਾਂਦੇ ਕਿਵੇਂ ਪੱਤੀ ਬਿਰਾਹ ਮਰ ਗਿਆ ਤੇ ਅੱਧ ਰਾਤ ਤੱਕ ਮੇਰੇ ਨਾਲ ਬੋਲਿੰਦਾ ਰਹੇ ਅੱਧ ਰਾਤ ਮੇਰੇ ਨਾਲ ਬੋਲਣਾ ਛੋੜ ਦਿੱਤਾ ਜਲਦੀ ਕਰ ਦਰਵਾਜ਼ਾ ਖੋਲ ਮਸ਼ਕੂਰ ਛੋਟੇ ਸ਼ਹਿਜ਼ਾਦੇ ਦਾ ਦਰਵਾਜ਼ਾ ਲਹਾਏ ਡਿੱਠਾ ਕਿਆ ਏ ਵੱਡਾ ਬਿਰਾ ਇੰਜ ਆਇਆ ਏ ਜਿਵੇਂ ਜੀਕ ਤੇ ਪਾਣੀ ਆਉਂਦਾ ਬਿਰਾ ਦੀ ਨਬਜ਼ ਤੇ ਹੱਥ ਰੱਖਿਆ ਤੇ ਮਸ਼ਕੂਰ ਮੇਰਾ ਬਿਰਾ ਜ਼ਿੰਦਾ ਏ ਮਾਂ ਤੂੰ ਡਾਢਾ ਉਦਾਸ ਇੰਜ ਕਰ ਘਰ ਲੱਗਾ ਜਾ
ਆਪਣੀ ਬੀਵੀ ਨੂੰ ਆਖ ਮਾਂ ਬਣ ਕੇ ਮੈਨੂੰ ਬਿਰਾਹ ਜਗਾ ਦੇ, ਮੈਂ ਤੁਹਾਡੀ ਦਵਾਂ ਦੀ ਜੰਨਤ ਦਾ ਦਾ ਮੇਰਾ। ਮਸ਼ਕੂਰ ਦੌੜਦਾ ਘਰ ਦੇ ਵਿੱਚ ਆਇਆ, ਬੀਵੀ ਨੂੰ ਆਖਿਆ ਮੇਰੇ ਨਾਲ। ਬੀਵੀ ਆਦੀ ਕਿਨ ਲਈ ਬਹਿਣਾ ਹੈ? ਅਦਾ ਵੱਡਾ ਸ਼ਹਿਜ਼ਾਦਾ ਹੁਕਮ ਕੀਤਾ, ਛੋਟਾ ਸ਼ਹਿਜ਼ਾਦਾ ਬੇਹੋਸ਼ ਹੈ। ਵੱਡਾ ਦੇ ਮਾਂ ਬਣ ਕੇ ਆਪਣੀ ਬੀਵੀ ਨੂੰ ਆਖ ਮੈਨੂੰ ਬਿਰਾਹ ਜਗਾ ਕੇ ਦਿਓ, ਵਸਦਾ ਰਹੋ ਮੌਲਾ ਧੀਆਂ ਦੇ ਪਰਦੇ ਹੋਣ, ਮੈਂ ਤੁਹਾਡੀ ਜੰਨਤ ਦਾ ਦਾਮੇ ਨਾ। ਮਸ਼ਕੂਰ ਤੇ ਮਸ਼ਕੂਰ ਦੀ ਬੀਵੀ ਕੈਦ ਖਾਨੇ ਦੇ ਬੂਹੇ ਤੇ ਆ ਕੇ ਮਸ਼ਕੂਰ ਦੀ ਬੀਵੀ ਆਦੀ ਖਬਰਦਾਰ ਅੰਦਰ ਨਾ ਜਾਵੀਂ, ਆਦੇ ਮਨਾ ਕਿਉਂ ਕਰਦੀ ਆਦੀ ਵੇਖਣ ਤਾਂ ਦੇ ਯਤੀਮ ਮਿੱਟੀਆਂ ਤੇ ਸਮਝਦੇ ਕਿੰਝ ਨੇ, ਮਾਂ ਦੇ ਬਗੈਰ ਕਿਵੇਂ ਪੈ ਨੱਬਦੀ ਨੇ। ਮਸ਼ਕੂਰ ਦੀ ਬੀਵੀ ਕਿਹੜਾ ਕੰਮ ਕੀਤਾ ਹੈ, ਸਰ ਤੂੰ ਚਾਦਰ ਲਹਾਈਏ ਸਦਲਾ ਮੌਤ ਦਾ ਬੱਧਾ ਹੈ। ਛੋਟੇ ਸ਼ਹਿਜ਼ਾਦੇ ਦਾ ਸਰ ਚ ਆਇਆ ਜੋਲੀ ਚ ਰੱਖਿਆ ਸੀ, ਮੁੱਦਤ ਦੇ ਬਾਅਦ ਪਰੇਸ਼ਾਨ ਵਾਲਾਂ ਤੇ ਕੰਘੀ ਦਿੱਤੀ, ਸ਼ਫਕਤ ਦਾ ਹੱਥ ਸਰ ਤੇ ਰੱਖਿਆ ਦੀ ਲਾਲ ਜਾਗਿਆ ਮਾਂ ਮਿਲਣ ਆਈਆ। ਵੱਡੇ ਸ਼ਹਿਜ਼ਾਦੇ ਦੀ ਅੱਖੀ ਬੰਦ ਨਾ ਦੇ ਅੰਮਾ ਸਾਡਾ ਡੇ ਰੁਲ ਗਿਆ, ਅੰਮਾ ਦੁਸ਼ਮਣ ਜ਼ਮਾਨਾ ਏ ਮੁਲਕ ਬੇਗਾਨਾ ਏ। ਦੁਸ਼ਮਣ ਜ਼ਮਾਨਾ ਏ ਮੁਲਕ ਬੇਗਾਨਾ ਏ। ਵੱਡਾ ਸ਼ਹਿਜ਼ਾਦਾ ਦੇਵੀ ਰੱਖੀ ਕੋਲ, ਸਾਡੀ ਮਾਂ ਨਹੀਂ ਸਾਡੀ ਮਾਂ ਹੋਇਆ, ਸਾਡੀ ਇਹ ਜੇ ਹਾਲਤ ਵੇਖ ਕੇ ਮਰਨ ਤੋਂ ਪਹਿਲੇ ਮਰ ਵੰਜਿਆ। ਛੋਟੇ ਸ਼ਹਿਜ਼ਾਦੇ ਅੱਖੀ ਖੋਲੀਆਂ, ਮਸ਼ਕੂਰ ਦੀ ਬੀਵੀ ਦੇ ਪਾਸੇ ਡਿੱਠਾ, ਛੋਟੇ ਛੋਟੇ ਹੱਥ ਬਣ ਗਿਆ ਤੇ ਮਾਈ ਮਾਫ ਚੱਕ ਕਰ ਦੇ ਤੇਰੀ ਜੋਲੀ ਚੰਦ ਗੜੀਆਂ ਆਰਾਮ ਕਰ ਬੈਠਾ। ਮਸ਼ਕੂਰ ਦੀ ਬੀਵੀ ਸ਼ਫਕਤ ਦਾ ਹੱਥ ਸਰ ਤੇ ਰੱਖੇ, ਕਦਮ ਬੋਸੀ ਕਰਕੇ ਦੀਏ ਮੈਨੂੰ ਮਾਫ ਕਰ ਦੇ, ਮੇਰੇ ਸ਼ੋਹਰ ਨੂੰ ਮਾਫ ਕਰ ਦੇਵੇ। ਵੱਡਾ ਸ਼ਹਿਜ਼ਾਦਾ ਡਾਡਾ ਰੁਨਾ ਏ ਆਦੇ ਮਸ਼ਕੂਰ ਮੰਗ ਕੀ ਮੰਗਣਾ ਏ। ਮਸ਼ਕੂਰ ਆਦੇ ਮੇਰੀ ਤਰਫੋਂ ਤੂੰ ਸਜ਼ਾ ਦਾ ਦੋ, ਜਿਨ ਮਰਜ਼ੀ ਆਉਂਦੀ ਉਧਰ ਲੱਗੇ ਵੰਜੋ, ਮੇਰੀ ਗੱਲ ਯਾਦ ਰੱਖੇ ਦਿਨ ਨੂੰ ਆਰਾਮ ਕਰੇ ਰਾਤ ਨੂੰ ਸਫ਼ਰ ਕਰੇ। ਇਹ ਮੌਲਾ ਅਬਾਸ ਦੇ ਬਹਾਣੇ ਨੇ ਜਿਹੜਾ ਆਖੇ ਰਾਤ ਨੂੰ ਸਫ਼ਰ ਕਰੇ ਦਿਨ ਨੂੰ ਆਰਾਮ ਕਰੇ। ਦੋਵੇਂ ਸ਼ਹਿਜ਼ਾਦੇ ਅਦਰਾ ਦਵੇ ਲਏ ਬਾਬੇ ਦੇ ਕਾਤਲਾਂ ਦਾ ਸ਼ਾਰ, ਬਾਬੇ ਦੇ ਕਾਤਲਾਂ ਦਾ ਸ਼ਾਰ, ਹੱਥ ਨੂੰ ਹੱਥ ਨਹੀਂ ਲੱਭਦਾ। ਸੁਬਾਹ ਦਾ ਵੇਲਾ ਹੋਏ ਦਰਿਆ ਦੀ ਮਣ ਤੇ ਇੱਕ ਦਰਖਤ ਆ, ਦੋਵੇਂ ਸ਼ਹਿਜ਼ਾਦੇ ਦਰਖਤ ਤੇ ਚੜ ਗਏ। ਹਰ ਨੁਕਰਾਣੀ ਪਾਣੀ ਭਰਨ ਦੇ ਕੀਤੇ ਆਈਏ, ਪਾਣੀ ਦੋ ਚੰਜ ਅਕਸ ਡਿੱਠੇ ਦਰਖਤ ਦੇ ਪਾਸੇ ਵੇਖ ਕੇ ਦੀ ਥੱਲੇ ਲੈ ਕਿਸਮਾ ਦੀ ਝੋਲੀ ਉਜਾੜੀ ਜੇ ਕੌਣ ਆਦੇ ਨੇ ਜਿਹਨੂੰ ਜ਼ਾਤ ਦੱਸਣੇ ਆ ਉਹ ਸਾਡੇ ਤੇ ਜ਼ੁਲਮ ਕਰਦਾ। ਦਵੇ ਸ਼ਹਿਜ਼ਾਦੇ ਆਏ ਥੱਲੇ, ਦਵਾਂ ਸ਼ਹਿਜ਼ਾਦਿਆਂ ਨੂੰ ਨਾਲ ਲਿਆ ਉਸ ਤਕਦੀਰ ਖਾਰਸ ਦੇ ਘਰ ਲੈ ਆਈਏ। ਹਾਰਸ ਦੀ ਬੀਵੀ ਆਦੀ ਬੱਚੇ ਕੌਣ ਆਦੀ, ਵੱਡੇ ਨੂੰ ਹਸਨ ਸਮਝ ਛੋਟੇ ਨੂੰ ਹੁਸੈਨ ਸਮਝ, ਆਦੀ ਤਫਸੀਲ ਡਸਾ ਆਦੀ ਮੁਸਲਮ ਦੇ ਯਤੀਮ ਨੇ ਰੁਕਈਆ ਦੇ ਬਾਲ ਨੇ, ਜਿਹੜਾ ਆਖਿਆ ਮੁਸਲਮ ਦੇ ਯਤੀਮ ਨੇ ਰੁਕਈਆ ਦੇ ਬਾਲ ਨੇ। ਅਦਬ ਦਾ ਸਲਾਮ ਕੀਤਾ ਸੋ
ਝੋਟੀਆਂ ਦਵਾਈਆਂ ਸ, ਖਾਣਾ ਦਿੱਤਾ ਸ, ਆਦਿ ਅੱਜ ਦੀ ਰਾਤ ਮੇਰੇ ਕੋਲ ਕਿਆਮ ਕਰੋ। ਸੁਬਹਾ ਮੈਂ ਤੁਹਾਨੂੰ ਮਾਂ ਦੇ ਕੋਲ ਪੁਛਾੜੇ ਸਾਂ, ਜਿਹੜਾ ਆਖੇ ਮਾਂ ਦੇ ਕੋਲ ਪੁਛਾੜੇ ਸਾਂ। ਅੱਧ ਰਾਤ ਵੇਲੋ ਹਾਰਸ ਮਲਾਉਣ ਘਰ ਦੇ ਵਿੱਚ ਆਏ, ਬੀਬੀ ਖਾਣਾ ਰੱਖਿਆ ਦੀ ਚਾਲ ਚੰਗਾ ਨਹੀਂ ਲੱਗਦਾ। ਆਦਿ ਖਾਂਦਾ ਕਿਉਂ ਨਹੀਂ, ਆਦਿ ਮੁਸਲਮ ਦੇ ਯਤੀਮ ਨਹੀਂ ਫਿਲਬਦੇ, ਜਿਹੜਾ ਆਖੇ ਮੁਸਲਮ ਦੇ ਯਤੀਮ ਨਹੀਂ ਫਿਲਬਦੇ। ਆਦਿ ਖੁਦਾ ਦੀ ਲਾਨਤ ਹੋਵੇ ਜੇ ਕਿਉਂ ਯਤੀਮਾਂ ਦੇ ਪਿੱਛੇ ਲੱਗੇ ਹੋਏ ਹੋ। ਆਦੇ ਬਾਦਸ਼ਾਹ ਤੂੰ ਇਨਾਮ ਗਿਣਨਾ ਏ, ਜਿਹੜਾ ਆਖੇ ਬਾਦਸ਼ਾਹ ਤੂੰ ਇਨਾਮ ਗਿਣਨਾ। ਆਦ ਰਾਤ ਵੇ ਲੋਏ ਜਿਹੜੇ ਦਖ ਸ਼ਹਿਜ਼ਾਦੇ ਛੱਤ ਸੁੱਤੇ, ਵੱਡੇ ਸ਼ਹਿਜ਼ਾਦੇ ਨੂੰ ਬਾਬਾ ਮਿਲਿਆ, ਰੋ ਕੇ ਆਦੇ ਬਾਬਾ ਸਾਡਾ ਡੇ ਰੁਲ ਗਏ ਆ। ਆਦੇ ਸਾਡੇ ਘਰ ਕਿਸ ਬੱਚੇ ਦੇ ਰੋਵਣ ਦੀ ਆਵਾਜ਼, ਆਦਿ ਕਿੰਗ ਵਾਂਡੀ ਦੇ ਬਾਲ ਹੋ ਸਣ। ਆਦਾ ਰੋਣ ਵਾਰਸਾਂ ਲਿਆਂ ਦਾ ਨਹੀਂ, ਬੇਵਾਰਸਾਂ ਦਾ ਰੋਵਣ। ਵਾਰਸਾਂ ਲੈ ਬੱਚੇ ਇੰਜ ਨਹੀਂ ਰੋਂਦੇ, ਬੇਵਾਰਸ ਇੰਜ ਰੋਂਦੇ। ਜਲਦੀ ਕਰ ਮੈਨੂੰ ਚਾਬੀ ਦੇ, ਬੀਬੀ ਚਾਬੀ ਨਹੀਂ ਦਿੱਤੀ। ਅੱਧ ਰਾਤ ਵੇ ਲਏ ਤਾਲਾ ਤਰੋੜਿਆ ਸੁਣ, ਸ਼ਹਿਜ਼ਾਦੇ ਦੇ ਸਰ ਤੇ ਹੱਥ ਰੱਖਿਆ ਸੁ, ਸ਼ਹਿਜ਼ਾਦਿਆਂ ਦੀਆਂ ਤਲੀਆਂ ਜ਼ਮੀਨ ਤੋਂ ਪੱਟੀ ਚ ਗਈਆਂ ਨੇ। ਵੱਡਾ ਸ਼ਹਿਜ਼ਾਦਾ ਰੋ ਕੇ ਆਦਾ, ਮੈਂ ਯਤੀਮ ਵੀ ਆ ਤੇ ਅਸੀਰ ਵੀ ਆ ਤੇ ਮਨ ਰੱਬ ਦੇ ਨਾਮ ਸਵਾਲੇ, ਕਰ ਜਿਤਨਾ ਜ਼ੁਲਮ ਮੈਂ ਹਾਜ਼ਰ ਹਾਂ, ਮੇਰੇ ਵੀਰ ਦੇ ਛੋੜ ਦੇ ਵਾਲੇ। ਰੋ ਕੇ ਆਦਾ, ਮੈਂ ਕੁਮੜੀ ਭਾਰਤਾ ਹਾਇਓ ਦਿੱਤੀਆਂ ਨਵੋ, ਜੱਡਾ ਟੋਰਿਆ ਸੂ ਮੇਡੇ ਨਾਲੇ। ਰੋ ਕੇ ਆਦੀ, ਤੇਡਾ ਛੋਟਾ ਵੀਰ ਹੈ ਰਾਤ ਗੁਡਰਦਾ, ਰੱਖੇ ਇਸ ਦਾ ਖਾਸ ਖਿਆਲੇ। ਆਦਾ ਪਿਆ ਰੱਬ ਜਾਣੇ ਔਲਾਦ ਅਲੀ ਦੀ ਤੇ ਕਿਵੇਂ ਮੌਤ ਬਾਸ ਦੀ ਸਹਿ ਗਈ। ਹਾਇਓ ਲਹਿੰਦਾ ਵੇਖ ਕੇ ਘੋੜੇ ਤੂੰ, ਮਾਂ ਫਜ਼ਲ ਦੀ ਬਾਂ ਦੀ ਬਹਿ ਗਈ ਤੇ ਬੀਬੀ ਜ਼ੈਨਬ ਗਮ ਦਾ ਇੱਕ ਵੈਣ ਕੀਤਾ ਏ, ਹਰ ਸੈਣ ਪਟੇਂਦੀ ਰਹਿ ਗਈ। ਕਿਹੜਾ ਵੈਣ ਕੀਤਾ ਬੀਬੀ, ਅਜੇ ਤੇਰੇ ਬਾਜ਼ੂ ਖਾ ਕਿਤੇ ਨਹੀਂ ਆਏ ਸਾਡੇ ਸਰ ਤੋਂ ਜਾਦ। ਬਸ ਧਰੋ ਮੌਲਾ ਧੀਆਂ ਦੇ ਪਰਦੇ, ਬਸ ਚੜ ਫੇ ਦਾਵੀ ਦੇ ਦਾਢੇ ਮੌਲਾ। ਬਸ ਇਮਾਮ ਹੁਸੈਨ ਬਾਦਸ਼ਾਹ ਦੇ ਕੋਲ ਆਏ, ਨਾ ਦੇ ਮੌਲਾ ਮੈਨੂੰ ਜੰਗ ਦੀ ਇਜਾਜ਼ਤ ਦਿਓ। ਆਦਨ ਬਾਸ ਮੇਰੀ ਫੌਜ ਦਾ ਜਰਨੈਲ, ਮੌਲਾ ਬਾਸ ਸੱਜੇ ਵੀ ਡਿੱਠੇ ਖੱਬੇ ਵੀ ਡਿੱਠੇ, ਕਦਮਾਂ ਤੇ ਹੱਥ ਰੱਖਿਆ ਦਿਨ, ਮੌਲਾ ਕਿਹੜੀ ਫੌਜ ਹੈ ਜਿਹਦਾ ਮੈਂ ਜਰਨੈਲ ਹਾਂ, ਮੌਲਾ ਕਿਹੜੀ ਫੌਜ ਹੈ ਜਿਹਦਾ ਮੈਂ ਜਰਨੈਲ। ਅਬਾਸ ਤੇਰੀ ਇਜਾਜ਼ਤ ਮੇਰੇ ਕੋਲ ਨਹੀਂ, ਤੇਰੀ ਇਜਾਜ਼ਤ ਅਲੀ ਦੀਆਂ ਧੀਆਂ ਦੇ ਕੋਲ, ਅਬਾਸ ਤੇਰੀ ਇਜਾਜ਼ਤ ਉਹਨਾਂ ਦੇ ਕੋਲ ਜਿਨ੍ਹਾਂ ਦੇ ਆਸਰੇ ਤੇ ਵਤਨ ਛੋੜ ਕੇ ਜੰਗਲਾਂ 'ਚ ਆ ਗਈਆਂ ਨੇ।
ਮੌਲਾ ਬਾਸ ਵਾਪਿਸ ਆਪਣੇ ਖੈਮੇ ਚ ਆਏ ਨੇ। ਜਨਾਬ ਲੁਬਾਬਾ ਦੇ ਮੌਲਾ ਮੈਨੂੰ ਨਜਫ ਦਾਰਾ ਦੱਸੋ, ਜੜਾ ਆਖੇ ਨਜਫ ਦਾਰਾ ਦੱਸੋ। ਆਦਨ ਫਜ਼ਲ ਦੀ ਮਾਂ ਨਜਫ ਕਿਆ ਕਰੇ ਸੇ, ਆਦੀ ਬਾਬੇ ਅਲੀ ਤੂੰ ਤੁਹਾਡੀ ਸ਼ਿਕਾਇਤ ਕਰੇ ਸਾਂ। ਹਰ ਖੈਮੇ ਸਕੀ ਨਾ ਇੱਕ ਵਾਰ ਆਈਏ, ਮੇਰੇ ਖੈਮੇ ਨੌ ਵਾਰ ਆਈ। ਆਦੀ ਚਾਚੀ ਮੇਰਾ ਭਰਾ ਤਸੇ, ਇੱਕ ਗੁੱਟ ਪਾਣੀ ਹੋਵੇ ਬਾ ਮੇਰਾ ਭਰਾ ਬਚ ਪਵੇ। ਅਜਾ ਗੱਲਾਂ ਨਹੀਂ ਮੁੱਕੀਆਂ, ਬੀਬੀ ਸਕੀਨਾ ਆ ਗਏ ਨਾ ਹੱਥ 'ਚ ਪਾਣੀ ਦਾ ਜਾਮ, ਖਾਲੀ ਜਾਮ। ਆਦਿਨ ਚਾਚਾ ਮੇਰਾ ਬਿਰਾ ਤਸੇ, ਆਦਿਨ ਤੁਹਾਡੇ ਬਾਬਾ ਇਜਾਜ਼ਤ ਨਹੀਂ ਦੇਂਦੇ। ਆਦਿਨ ਚਾਚਾ ਮੇਰੇ ਨਾਲ ਵੰਜੋ, ਆਦਿਨ ਇੰਜ ਨਹੀਂ ਮੇਰੇ ਮੁੰਡੇ 'ਤੇ ਮਸ਼ਕ ਪਵਾਓ। ਬੀਬੀ ਮਸ਼ਕ ਲੈ ਕੇ ਆਦਿਨ ਚਾਚਾ ਮੇਰਾ ਕੱਦ ਜਿੱਕੇ ਤੁਹਾਡਾ ਕੱਦ ਉੱਚਾ, ਥੋੜ੍ਹੇ ਜਿਹੇ ਝੁਕੋ ਗਾਜ਼ੀ ਮੌਲਾ। ਆਦਰ ਮੁਰਸ਼ਦਾ ਦੀ ਮੇਰੀ ਮਾਂ ਮੈਨੂੰ ਝੁਕਣਾ ਸਿਖਾਏ, ਝੁਕਦੇ ਝੁਕਦੇ ਨਾ ਝੁਕੇ ਬੀਬੀ ਸਕੀਨਾ ਦੇ ਕਦਮਾਂ 'ਤੇ ਹੱਥ ਜਾ ਲੱਗੇ ਨੇ। ਬੀਬੀ ਸਕੀਨਾ ਡਾਡਰ ਚਾਚਾ ਮੋਜਜ਼ ਨੂੰ ਮਾਂ ਪਿਓ ਦੀ ਧੀਆਂ, ਚਾਚਾ ਦਵਾ ਪਈ ਮੰਗਦੀਆਂ ਜਿਹੜੇ ਹੱਥ ਮੇਰੇ ਕਦਮਾਂ 'ਤੇ ਲੱਗੇ ਨੇ। ਮਾਸ਼ਰ ਤਾਂ ਕਲਮ ਤੱਕ ਬੁਲੰਦ ਰਾਸਣ, ਇਹ ਹੱਥ ਅਲਮ 'ਤੇ ਬੁਲੰਦ ਰਾਸਣ। ਅੱਗੇ ਅੱਗੇ ਬੀਬੀ ਸਕੀਨਾ ਟੁਰ ਪਏ ਨੇ, ਪਿੱਛੇ ਪਿੱਛੇ ਮੌਲਾ ਬਾਸ ਟੁਰ ਪਏ ਨੇ। ਇਮਾਮ ਹੁਸੈਨ ਆਉਂਦਾ ਡਿੱਠੇ, ਇਮਾਮ ਹੁਸੈਨ ਤੂੰ ਕੁਰਸੀ ਛੁੱਟ ਗਈ, ਜਿਹੜਾ ਕੁਰਸੀ ਛੁੱਟ ਗਈ। ਸੈਯਦੀ ਨੂੰ ਹਾਂ ਦੇ ਨਾਲ ਲਏ, ਸਕੀਨਾ ਕਿਉਂ ਆਈ। ਆਦਿ ਬਾਬਾ ਮੇਰਾ ਭਰਾ ਤਸੇ, ਬਾਬਾ ਮੇਰੇ ਚਾਚੇ ਨੂੰ ਪਾਣੀ ਦੀ ਇਜਾਜ਼ਤ ਦਿਓ। ਆਦਿ ਸਕੀਨਾ ਭਰਾ ਇੰਜ ਪਿਆਰੇ ਆਉਂਦੇ ਜਿਵੇਂ ਤੈਨੂੰ ਅਸਗਰ ਪਿਆਰੇ। ਸਕੀਨਾ ਸੋਚ ਕੇ ਟੋਰੇ, ਮੱਥਾ ਤੇਰਾ ਵੀ ਨਾ ਬਚੇ ਤੇ ਮੇਰਾ ਵੀ ਨਾ ਬਚੇ। ਸੈਯਾ ਡਾਡਾ ਰੁਨੇ ਦੀ ਨੂੰ ਹਾਂ ਨਾ ਲਏ, ਰੋ ਕੇ ਆਦੇ ਸਕੀਨਾ ਮੇਰਾ ਵੀਰੇ ਬਤਰੀ। ਹਾਏ ਸਾਲਾਂ ਦਾ ਤੇਰਾ ਵੀਰ ਫਕਤ ਛੇ ਮਾਂ ਦਾ, ਉਹ ਮੇਰੀ ਅਰਬ ਹੀਰਾ ਕਿਤੇ ਤੱਕ ਨਹੀਂ ਪਾਉਂਦੀ। ਜੱਡਾ ਵੇਖ ਨਾ ਜ਼ੋਰ ਭਰਾ ਦਾ। ਆਦਿ ਬਾਬਾ ਮੇਰੇ ਚਾਚੇ ਨੂੰ ਜੰਗ ਦੀ ਇਜਾਜ਼ਤ ਨਹੀਂ, ਮੇਰੇ ਚਾਚੇ ਨੂੰ ਪਾਣੀ ਦੀ ਇਜਾਜ਼ਤ। ਆਦਿਨ ਬਾਸ ਇੰਨੀ ਜ਼ਾ ਲੈ ਜਾ, ਜੰਗ ਵਾਸਤੇ ਨਹੀਂ ਹਿਫਾਜ਼ਤ ਵਾਸਤੇ। ਗਾਜ਼ੀ ਮੌਲਾਏ ਨਹਿਰੇ ਫੁਰਾਤ, ਗਾਜ਼ੀ ਮੌਲਾ ਪਾਣੀ ਦੀ ਮਸ਼ਕ ਭਰੀ, ਜਿਹੜਾ ਪਾਣੀ ਦੀ ਮਸ਼ਕ ਭਰੀਏ ਪਾਣੀ 'ਚ ਹੱਥ ਰੱਖੇ। ਆਦਿਨ ਲਈ ਨਾ ਪਾਣੀ ਤੁਹਾਡੇ ਕਬਜ਼ੇ ਵਿੱਚ, ਯਾ ਅਲੀ ਦੇ ਪੁੱਤਰ ਦੇ ਕਬਜ਼ੇ ਵਿੱਚ। ਆਦਿਨ ਗੋੜਾ ਪਾਣੀ ਪੀ, ਗੋੜੇ ਨੂੰ ਆਦਿਨ ਅਸ਼ਲ ਪਾਣੀ ਪੀ, ਆਪਣੀ ਜ਼ੁਬਾਨ ਚਾਹਦਾ ਮੌਲਾ ਕਿਵੇਂ ਪੀਵਾਂ। ਅਜਾ ਸਕੀਨਾ ਤਸੀਏ ਮੌਲਾ ਕਿਵੇਂ ਪੀਵਾਂ, ਅਜਾ ਅਸਗਰ ਤਸੇ ਸੈਯਦ ਪਾਣੀ। ਸੈਯਦ ਮਸ਼ਕ ਭਰੀਏ ਘੋੜੇ 'ਤੇ ਸਵਾਰ ਹੋਏ ਨੇ, ਫੌਜੀ ਅਸ਼ਕਿਆ ਛਲ ਛਲ ਮੱਚ ਗਈ। ਇੱਕ ਬੇਨਵਾਦ ਨੇ ਅੱਜ ਪਾਣੀ ਖਿਆਮ ਤੱਕ ਪਹੁੰਚ ਗਿਆ,
ਇਹ ਜੰਗ ਜਿੱਤੀ ਹਾਰੀ ਤਬਦੀਲ ਹੋਵੇ ਸੀ। ਇਕਲੈ ਨੀ ਉਹ ਜਵਾਰ ਕੀਤਾ ਗਾਜ਼ੀ ਮੌਲਾ ਦਾ ਸੱਜਾ ਬਾਜ਼ੂ ਕਲਮ ਹੋਏ ਆਦਨ ਬਿਸਮਿਲ੍ਲਾ ਕਰਾਂ ਅਕਬਰ ਦੀ ਵੇਲ ਦੂਸਰੇ ਬਾਜ਼ੂ ਮਸ਼ਕ ਪਈ ਦੂਜੇ ਬਾਜ਼ੂ ਕਲਮ ਹੋਏ ਸੈਦ ਗਾਜ਼ੀ ਮੌਲਾ ਮਸ਼ਕ ਦੇ ਤਸੇ ਮੂੰਹ ਵਿੱਚ ਪਾਏ ਨੇ ਇਕਲੈ ਨੀ ਉਹ ਜਵਾਰ ਕੀਤਾ ਤੀਰ ਮਸ਼ਕ ਵਿੱਚ ਲੱਗੇ ਪਾਣੀ ਜ਼ਮੀਨ ਤੇ ਡੁੱਲ ਗਏ ਇੰਜ ਕਿਉਂ ਨਾ ਖਾਂ ਪਾਣੀ ਨੀ ਡੁੱਲਾ ਗਾਜ਼ੀ ਦੀ ਆਸ ਮੁੱਕ ਗਈ ਏ ਇਕਲੈ ਗੁਰਾ ਜਵਾਰ ਕੀਤਾ ਗਾਜ਼ੀ ਮੌਲਾ ਤੁਸੀਂ ਛੁੱਟੀਏ ਅਲਮ ਜਾਣਦਾ ਡਿੱਠੇ ਜਦਾਂ ਇਮਾਮ ਹੁਸੈਨ ਬਾਦਸ਼ਾਹ ਤੂੰ ਖੈਮਾ ਛੁੱਟੇ ਗਾਜ਼ੀ ਮੌਲਾ ਦੇ ਕੋਲ ਆ ਕੇ ਗਾਜ਼ੀ ਮੌਲਾ ਦਾ ਸਰ ਝੋਲੀ ਚ ਰੱਖਿਆ ਦਿਨ ਬਾਸ ਅਬਾਸ ਕੋਈ ਆਖਰੀ ਖਾਹਿਸ਼ ਆਦਿ ਮੌਲਾ ਮੇਰੀ ਅੱਖੀ ਚ ਖੂਨ ਹੈ ਸਾਫ਼ ਕਰੋ ਮੈਂ ਵੇਖਾਂ ਤਾਂ ਸਹੀ ਗਰੀਬ ਕਿਹੋ ਜਿਹੇ ਹੁੰਦੇ ਇਮਾਮ ਹੁਸੈਨ ਬਾਦਸ਼ਾਹ ਆਪਣੀ ਅਬਾ ਦੇ ਨਾਲ ਗਾਜ਼ੀ ਮੌਲਾ ਦੀ ਅੱਖੀ ਸਾਫ਼ ਕੀਤੀਆਂ ਨੇ ਆਦਿਨ ਅੱਬਾਸ ਮੈਂ ਗੱਲ ਪੁੱਛਣੀ ਗਾਜ਼ੀ ਮੌਲਾ ਆਦਿਨ ਮੌਲਾ ਪੁੱਛੋ ਜਦਾਂ ਆਖਿਆ ਪੁੱਛੋ ਮੌਲਾ ਹੁਸੈਨ ਬਿਰਾ ਨੂੰ ਹਾਂ ਦੇ ਨਾਲ ਲਾਏ ਤੇ ਰੋ ਕੇ ਆਦਿਨ ਗਾਜ਼ੀ ਹੈ ਦਸਤੂਰ ਸਵਾਰਾਂ ਦਾ ਤੇ ਲਾਂਦੇ ਕੋਚ ਦੇ ਵਿੱਚ ਹੱਥ ਪਾ ਕੇ ਦੱਸ ਕਿਵੇਂ ਲੱਥਾਂ ਹਾਇਓ ਘੋੜੇ ਤੂੰ ਦੋਵੇਂ ਬਾਜ਼ੂ ਕਲਾਮ ਕਰਾ ਕੇ ਗਾਜ਼ੀ ਮੌਲਾ ਰੁਨੇ ਤੇ ਰੋ ਕੇ ਆਦੇ ਪੁੱਛਿਆ ਜੇ ਤੇ ਸੁਣੋ ਰੋ ਕੇ ਆਦੇ ਪਹਿਲੇ ਸਾਰੇ ਜਣੇ ਆਏ ਮੇਰਾ ਘੋੜੇ ਤੂੰ ਵੱਲ ਫਸ ਗਏ ਪੈਰ ਰਕਾਵੇ ਮੈਂ ਕੋ ਬਾਬੇ ਆਣ ਲਹਾਇਆ ਏ ਵਿੱਚ ਨਜਫ ਅਸ਼ਰਫ ਦੇ ਆ ਕੇ ਮਾਤਮੇ ਹੁਸੈਨ ਯਾ ਹੁਸੈਨ ਯਾ ਹੁਸੈਨ ਯਾ ਹੁਸੈਨ ਨਹੀਂ ਹਾਂ ਕਿਹੜੀ ਨਹੀਂ ਨਹੀਂ ਹਾਂ ਕਿਹੜੀ ਮੁੰਡੇ ਤੁਹਾਡੇ ਬਾਬਾ ਮੈਂ ਨਾ ਦੀ ਆਲੀ
Ya Hussein, Ya Hussein, Ya
ਸ਼ਾਮ ਗਾਜੀ ਪੈਣਾ ਪਰ
ਚੱਲ ਮਾਤਮ ਕਰ ਕਾਮ ਕਾਮ
ਸ਼ਾਮੇ ਗਾਦੀ ਮੈਂ
Thank you.
ਠੀਕ ਹੈ ਹਾਲਾਤ।
ਵੀਡੀਓ ਲੈ ਰਹੇ ਹੋ ਜਾਂ ਨਾ ਵੀਡੀਓ